ਕਾਫੀ ਕੁਛ ਹੋ ਜਾਣਾ। ਚੰਡੀਗੜ੍ਹ ਆਏ, ਬੱਸ 'ਚ ਕਨੈਕਟਰੀ ਕੀਤੀ, ਫਾਦਰ ਸਾਹਿਬ ਐਕਸਪਾਇਰ ਹੋ ਗਏ। ਇਹ ਕੰਡਕਟਰੀ ਵਾਲਾ ਫੇਜ਼ ਕਦੋਂ ਸ਼ੁਰੂ ਹੋਇਆ ਜ਼ਿੰਦਗੀ 'ਚ? ਸਰਬੇ ਨੇ ਕੰਡਕਟਰੀ ਕਦੋਂ ਸ਼ੁਰੂ ਕੀਤੀ? ਕੰਡਕਟਰੀ ਬਈ ਮੈਂ 98 'ਚ 2001-2002 'ਚ ਮੇਰੀ ਜਿਹੜੀ ਸਟੱਡੀ ਆ ਉਹ ਵੀ ਰਹਿ ਗਈ ਹੈ ਨਾ ਵਿੱਚ ਥੋੜ੍ਹੀ ਫੈਮਿਲੀ ਪ੍ਰੋਬਲਮ ਕਰਕੇ। ਉਸ ਤੋਂ ਬਾਅਦ ਫਿਰ ਮੈਂ ਪੱਖੋਗੰਜ ਦੇ ਮਾਨਕ ਸਪੇਅਰ ਪਾਰਟੀ ਦੁਕਾਨ ਸੀ ਉੱਥੇ ਸਪੇਅਰ ਪਾਰਟਸ 'ਤੇ ਮੈਂ ਕੰਮ ਕਰਿਆ। ਫਿਰ ਮੇਰਾ ਭਰਾ ਮੇਰੇ ਪਿੰਡੋਂ ਹਰਦੀਪ, ਦੀਪਾ ਵੀਰਾ ਪੁਲਿਸ 'ਚ ਆ, ਪੰਜਾਬ ਪੁਲਿਸ 'ਚ, ਉਹ ਇੱਥੇ ਚੰਡੀਗੜ੍ਹ ਸੀ, ਉਹ ਲਿਆਏ ਚੰਡੀਗੜ੍ਹ। ਫਿਰ ਤੇ ਸਿੰਮ ਸੁੰਮ ਵਿੱਚ ਆ ਕੇ ਪ੍ਰਾਈਵੇਟ ਜਸੂਸੀਆਂ ਕੀਤੀਆਂ, ਉਹ ਕੰਮ ਨਹੀਂ ਚੱਲਿਆ। ਪਰਮੇਸ਼ ਵਰਮਾ ਦੇ ਨਾਲ ਸਰਬਾ ਕਿਵੇਂ ਜੁੜਿਆ? ਪਰਮੇਸ਼ ਵਰਮੇ ਵੀਰੇ ਨਾਲ ਮੈਂ ਆਇਆ ਸੀ ਵੀਰੇ ਇੱਥੇ ਚਿੱਟੇ ਗਾਣੇ ਤੋਂ ਬਾਅਦ ਚੰਡੀਗੜ੍ਹ, ਐਸ ਕੇ ਵੀ ਬਾਈ ਜਿਨ੍ਹਾਂ ਨੇ ਚਿੱਟੇ ਦਾ ਮਿਊਜ਼ਿਕ ਕਰਿਆ ਨਾ, ਐਸ ਕੇ ਵੀ ਵੀਰੇ ਨੇ ਵਾਪਸ ਮੁੜਨਾ ਸੀਗਾ ਅਤੇ ਮੈਨੂੰ, ਮੈਂ ਕਿਹਾ ਵੀ ਯਾਰ ਮੈਂ ਤਾਂ ਰਹਿਣਾ ਉਰੇ, ਅਤੇ ਉਹ ਹਰਸਿਮਰਨ ਵੀਰਾ ਕਹਿੰਦਾ ਤੂੰ ਇੱਦਾਂ ਕਰ ਵੀ ਮੇਰੇ ਕੋਲ ਰਹਿ ਪਾ ਸਰਬੇ ਹੋਣਾ। ਤਾਂ ਮੈਂ ਵੀਰੇ ਕੋਲ ਰਿਹਾ, ਦੂਸਰੇ ਦਿਨ ਫਿਰ ਵੀਰੇ ਨਾਲ ਵਧੀਆ, ਫਿਰ ਉਦੋਂ ਮੈਨੂੰ ਪਰਮੇਸ਼ ਵੀਰਾ ਮਿਲਿਆ ਸੀ। ਨਵਾਂ ਸਿੰਗਰ ਅਗਰ ਕੋਈ ਸਰਬੇ ਨੂੰ ਅਪਰੋਚ ਕਰਨਾ ਚਾਹੁੰਦਾ ਤਾਂ ਸਰਬੇ ਦੀ ਅਪਰੋਚ ਕਿੰਨੀ ਕੁ ਸੌਖੀ ਹੈ? ਨਹੀਂ ਬਈ ਆਪਣੀ ਤਾਂ ਅਪਰੋਚ ਸੌਖੀ ਹੋਈ ਹੈ, ਜੇ ਆਪਣੀ ਅਪਰੋਚ ਔਖੀ ਹੁੰਦੀ ਹੁਣ ਫਿਰ ਫਾਰਚੂਨਰ ਗਾਇਬ ਨਾ ਕਰੀ। ਮੈਂ ਕਾਫੀ ਬੱਸਾਂ ਤੇ ਕਨੈਕਟਰੀ ਕਰੀ, ਜਿਵੇਂ ਸੱਚਖੰਡ ਮਿੰਨੀ ਤੇ ਕਰੀ ਹੈ ਨਾ ਜੀ, ਫਿਰ ਗੋਬਿੰਦ ਬੱਸ ਤੇ ਵੀ ਮੈਂ ਕਨੈਕਟਰੀ ਕਰੀ, ਫਿਰ ਨਿਊ ਦਸ਼ਮੇਸ਼ ਬੱਸ ਤੇ ਮੈਂ ਜ਼ਿਆਦਾ ਕਨੈਕਟਰੀ ਕਰੀ ਹੈ ਨਾ, ਤੇ ਨਹੀਂ ਬਈ ਬਹੁਤ ਪਿਆਰ ਕਰਦਾ ਬਾਬੇ ਦੀ ਕਿਰਪਾ ਨਾਲ ਸਾਰੀ ਹੈ ਨਾ। ਕਿ ਟੌਰ ਨਾਲ ਛੜਾ 2 ਆ ਸਕਦਾ ਜਾਂ ਕੋਈ ਇਹੋ ਜਿਹੀਆਂ ਛੜਿਆਂ ਦੀਆਂ, ਕਿਉਂਕਿ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਜਿਹੜੀਆਂ ਕਿ ਸਦੀਕ ਸਾਹਿਬ ਕਰਦੇ ਹੁੰਦੇ ਸੀ, ਮਾਨਕ ਸਾਹਿਬ ਕਰਦੇ ਹੁੰਦੇ ਸੀ, ਕੋਈ ਟੌਰ ਨਾਲ ਛੜਾ 2 ਵੀ ਕਰ ਦਿਉ? ਮੈਂ ਤਾਂ ਕਹਿੰਦਾ ਬਾਬਾ ਸੁੱਖ ਰੱਖੇ ਵੀਰੇ ਨਾਲ ਬੜੀ ਜਲਦੀ ਆਊ ਵੀਰੇ ਉਹ ਵੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮਤਲਬ ਆਈਡੀਆ ਫੈਨਸ ਦਾ ਸਹੀ ਹੈ, ਗੱਲ ਬਣਨ ਵਾਲੀ ਆ ਉਧਰ। ਗਾਣਾ ਮੇਰੀ ਜ਼ਿੰਦਗੀ ਆ, ਕਿਉਂਕਿ ਮੇਰੇ ਘਰ ਦੀ ਸੱਚਾਈ ਹੈ ਨਾ ਉਹ ਗਾਣਾ ਜੀ, ਬਹੁਤ ਘਰਾਂ ਦੀ ਸੱਚਾਈ ਹੈ ਉਹ ਗਾਣਾ ਜੀ, ਤੇ ਬੜੀ ਜਲਦੀ ਬਾਬਾ ਸੁੱਖ ਰੱਖੇ ਬੜੀ ਜਲਦੀ ਉਹ ਗਾਣਾ ਆ ਰਿਹਾ ਹੈਗਾ। 2 ਲਾਈਨਾਂ ਸਾਨੂੰ ਜ਼ਰੂਰ ਸੁਣਾਇਆ। ਤੂੰ ਦੱਸ ਰੌਲੇ ਦੀਏ ਪੈਲੀਏ ਨੀ ਤੈਂ ਕਿੰਨੇ ਘਰ ਬਰਬਾਦ ਕਰੇ, ਹਾਂ ਦੱਸ ਰੌਲੇ ਦੀਏ ਪੈਲੀਏ ਨੀ ਤੈਂ ਕਿੰਨੇ ਘਰ ਬਰਬਾਦ ਕਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਮੈਂ ਯੋਗੇਸ਼ ਗੁਰਨਾ ਅਤੇ ਪੰਜਾਬੀ ਟੇਸ਼ਨ ਤੁਸੀਂ ਦੇਖ ਰਹੇ ਹੋ ਜੀ। ਸੋ ਬਾਬੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ, ਕਹਿੰਦਾ ਬੜੀ ਮਾੜੀ ਆ ਗਰਾਰੀ ਕੁੜੇ ਮਾਣਦੀ ਨੀ ਤੂੰ ਚੰਗੀ ਤਰ੍ਹਾਂ ਸਰਬੇ ਨੂੰ ਜਾਣਦੀ। ਸੋ ਸਾਰੀ ਸਰਬੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸੋ ਮੇਰੇ ਨਾਲ ਬੈਠਾ ਮੇਰਾ ਵੀਰ ਸਰਬਾ, ਅਤੇ ਭਾਵੇਂ ਟੌਰ ਨਾਲ ਛੜੇ ਦੀ ਗੱਲ ਕਰ ਲਓ ਜਾਂ ਕਹਿ ਲਓ ਕਿ ਸਭ ਫੜੇ ਜਾਣਗੇ ਜਾਂ ਪਤਾ ਹੀ ਨਹੀਂ ਕਿੰਨੇ ਕੁ ਸੁਪਰ ਡੁਪਰ ਹਿੱਟ ਗੱਲ ਕਰ ਲਓ ਜੋ ਕਿ ਗੁਰਲੇਜ਼ ਅਖਤਰ ਮੈਡਮ ਨੇ ਗਾਏ ਨੇ ਜਾਂ ਐਮੀ ਬਾਈ ਨੇ ਗਾਏ ਨੇ ਜਾਂ ਹਰਸਿਮਰਨ ਬਾਈ ਨੇ, ਪੈਲਸ ਗਾਣਾ ਬੜਾ ਘੈਂਟ ਆ, ਅਤੇ ਬਹੁਤ ਸਾਰੇ ਗਾਣੇ ਬਾਈ ਨੇ ਲਿਖੇ ਨੇ। ਅਤੇ ਸਰਬਾ ਵੀਰਾ ਅੱਜ ਮੇਰੇ ਨਾਲ ਬੈਠਾ ਹੈ ਜੀ, ਫੇਮਸ ਰਾਈਟਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ, ਜਿਨ੍ਹਾਂ ਨੇ ਸੁਪਰ ਡੁਪਰ ਹਿੱਟ ਟ੍ਰੈਂਡਿੰਗ ਗਾਣੇ ਦਿੱਤੇ ਨੇ ਜੀ ਸਾਡੀ ਇੰਡਸਟਰੀ ਨੂੰ, ਅਤੇ ਇਹਨਾਂ ਦੀ ਬਦੌਲਤ ਮੇਰੇ ਵਰਗਾ ਮੁੰਡਾ ਵੀ ਕਹਿੰਦਾ ਕਿ ਟੌਰ ਨਾਲ ਛੜਾ। ਮਤਲਬ ਹੁਣ ਜੇ ਕੋਈ ਕਮੈਂਟ ਕਰ ਦਿੰਦਾ ਨਾ ਬਾਈ ਵਿਆਹ ਕਰਾ ਲਓ, ਮੈਂ ਕਹਿੰਦਾ ਬਾਈ ਟੌਰ ਨਾਲ ਛੜਾ, ਸਿਰਫ ਬਾਈ ਦੀ ਬਦੌਲਤ। ਬਹੁਤ ਛੜਿਆਂ ਨੂੰ ਹੌਸਲਾ ਮਿਲਿਆ ਵੀਰੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਵੀ। ਸੋ ਤੁਹਾਡੀ ਡਿਮਾਂਡ ਬਹੁਤ ਸੀ ਜੀ, ਅਤੇ ਵੈਸੇ ਤਾਂ ਬਾਈ ਦੀ ਡਿਮਾਂਡ ਵੈਸੇ ਇੰਡਸਟਰੀ 'ਚ ਹੀ ਬਹੁਤ ਆ, ਪਰ ਬਹੁਤ ਲੋਕਾਂ ਨੇ ਕਿਹਾ ਕਿ ਵੀਰੇ ਨੂੰ ਆਪਾਂ ਮਿਲੀਏ ਅਤੇ ਗੱਲਾਂ ਬਾਤਾਂ ਜਾਣੀਏ, ਕਿਉਂਕਿ ਸਰਬੇ ਵੀਰੇ ਨੇ ਜੋ ਕੀਤਾ ਉਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ, ਅਤੇ ਸਾਰਿਆਂ ਦੇ ਲਈ, ਖਾਸ ਕਰ ਯੰਗਸਟਰਸ ਦੇ ਲਈ ਜਿਹੜੇ ਬੜੀ ਜਲਦੀ ਹਥਿਆਰ ਸਿੱਟ ਦਿੰਦੇ ਨੇ ਕਿ ਛੱਡੋ ਯਾਰ ਸਾਡਾ ਤਾਂ ਕੁਛ ਬਣਨਾ ਹੀ ਨਹੀਂ, ਜਾਂ ਉਹ ਇਹ ਸੋਚ ਲੈਂਦੇ ਨੇ ਵੀ ਯਾਰ ਤਾਂ ਕਨੇਡਾ ਜਾ ਕੇ ਡੱਕਾ ਤੋੜਨਗੇ, ਪੰਜਾਬ 'ਚ ਤਾਂ ਤੋੜਨਾ ਹੀ ਨਹੀਂ। ਬਾਈ ਉਹਨਾਂ ਦੇ ਲਈ ਇੱਕ ਇਗਜ਼ਾਮਪਲ ਨਹੀਂ, ਇਸੇ ਕਰਕੇ ਬਾਈ ਨੂੰ ਅੱਜ ਆਪਾਂ ਬੁਲਾਇਆ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਬਾਈ ਰਾਈਟਿੰਗ ਦੇ ਲਈ ਅੱਜ ਸਰਬਾ ਬਾਈ ਜਾਣਿਆ ਜਾਂਦਾ, ਵੱਡੇ ਸੁਪਰ ਡੁਪਰ ਹਿੱਟ ਟ੍ਰੈਂਡਿੰਗ ਗਾਣੇ ਦਿੱਤੇ ਨੇ, ਇਹ ਪਹਿਲੀ ਵਾਰ ਖਿਆਲ ਕਦੋਂ ਆਇਆ ਕਿ ਸਰਬਾ ਵੀ ਲਿਖ ਸਕਦਾ, ਸਰਬੇ ਨੂੰ ਵੀ ਕਲਮ ਚੱਕਣੀ ਚਾਹੀਦੀ ਆ? ਇਹ ਬਾਈ ਮੇਰੇ ਯਾਦ ਆਇਆ ਨਾ, ਇਹ 1998 ਦੀ ਗੱਲ ਹੈ ਜਦੋਂ ਸਟਾਰਟਿੰਗ ਹੋਈ ਸੀ। ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ? ਉਮਰ ਤਾਂ ਨਹੀਂ ਬਾਈ ਪਤਾ, ਥੋੜ੍ਹੀ ਛੋਟੀ ਹੋ ਗਈ ਉਮਰ ਤਾਂ। 1998 ਦੀ ਗੱਲ ਆ ਵੀ ਮੈਂ ਜਿੱਦਾਂ ਨਾ ਆਪਾਂ ਨੂੰ ਛੁੱਟੀਆਂ ਦਾ ਕੰਮ ਮਿਲਦਾ ਹੁੰਦਾ, ਆਪਾਂ ਖੇਤ ਖੂਤ ਚੱਲ ਜਾਂਦੇ ਹਾਂ ਨਾ, ਅਤੇ ਮੈਂ ਮੇਰੇ ਚਾਚਾ ਜੀ ਨਾਲ ਜਾਂਦਾ ਹੁੰਦਾ ਸੀ ਰੇੜੇ 'ਤੇ ਖੇਤ, ਅਤੇ ਉਹ ਮੈਨੂੰ ਲੈ ਜਾਂਦੇ ਸੀਗੇ ਹੈ ਨਾ, ਅਤੇ ਉੱਥੇ ਬਸ ਇੱਦਾਂ ਹੀ ਕਿਉਂਕਿ ਉਦੋਂ ਟੇਪ ਦਾ ਹੁੰਦਾ ਸੀ ਨਾ, ਟੇਪ ਰਿਕਾਟਾਂ ਹੁੰਦੀਆਂ ਜਿਹੜੀਆਂ, ਉਹ ਦੌਰ ਸੀ,
ਮੇਰੇ ਚਾਚਾ ਜੀ ਨੂੰ ਵੀ ਸ਼ੌਂਕ ਸੀ, ਉਹ ਸੁਣਦੇ ਸੁਣਦੇ ਰਹਿੰਦੇ ਸੀ ਗਾਣੇ ਵਗੈਰਾ ਇੱਦਾਂ, ਅਤੇ ਬਸ ਇੱਦਾਂ ਇੱਦਾਂ ਕਰਕੇ ਉਹ ਪਰਮਾਤਮਾ ਦੀ ਕਿਰਪਾ ਹੋਊਗੀ ਇੱਕ ਦਿਨ ਮੈਂ ਵੀ ਗਾਣਾ ਲਿਖਿਆ। ਮੈਂ ਘਰ ਆ ਕੇ ਦੱਸਿਆ ਜੀ ਵੀ ਮੈਂ ਗਾਣਾ ਲਿਖਿਆ, ਫਿਰ ਤੁਹਾਨੂੰ ਪਤਾ ਪਹਿਲੀ ਪਹਿਲੀ ਯਾਰ ਲਾ ਤੂੰ ਲਿਖਿਆ ਗਿਆ ਉਹ ਚੀਜ਼, ਅਤੇ ਚਲੋ ਬਾਕੀ ਵਧੀਆ ਕਰਿਆ ਮਾਲਕ ਨੇ ਅੱਗੇ ਬੱਚਾ। ਅੱਛਾ ਪਹਿਲੀ ਵਾਰ ਆਪ ਲਿਖ ਕੇ ਕਦੋਂ ਅਹਿਸਾਸ ਹੋ ਗਿਆ ਸਰਬੇ ਵੀਰੇ ਵੀ ਹਾਂ ਯਾਰ ਆਹ ਤਾਂ ਮੈਂ ਵਧੀਆ ਲਿਖ ਲਿਆ ਯਾਰ ਗੱਲ ਬਣ ਸਕਦੀ ਹੈ? ਨਹੀਂ ਬਈ ਅਹਿਸਾਸ ਤਾਂ ਉਹ ਚੀਜ਼ ਤਾਂ ਮੈਨੂੰ ਅੱਜ ਵੀ ਨਹੀਂ ਹੁੰਦਾ ਸੀ ਮੈਂ ਵਧੀਆ ਲਿਖਦਾ। ਅੱਛਾ ਬਹੁਤ ਪਤਾ ਲੱਗੇ ਵਿਆ ਕਹਿਣਾ, ਬਸ ਜਿੰਨਾ ਕੁ ਕੁਛ ਜਿੰਨਾ ਕੁ ਪਰਮਾਤਮਾ ਨੇ ਦਿੱਤਾ ਯਾਰਾਂ ਦੋਸਤਾਂ ਦੇ ਪਿਆਰ ਨਾਲ ਲੱਗੇ ਵਿਆ, ਅਜੇ ਤਾਂ ਸਟਰਗਲ ਚੱਲੀ ਜਾਂਦੀ ਹੈ, ਤਾਂ ਸਿੱਖ ਰਹੇ ਹਾਂ ਲਿਖਣਾ। ਸੋਚਿਆ ਕਦੋਂ ਬਾਈ ਪਹਿਲੀ ਵਾਰ ਖਿਆਲ ਕਦੋਂ ਆਇਆ ਕਿ ਹੁਣ ਮੈਂ ਆਪਣਾ ਲਿਖਿਆ ਗਾਣਾ ਰਿਕਾਰਡ ਕਰਾਵਾਂ? ਨਹੀਂ ਬਈ ਮੇਰਾ ਨਾਲ ਨਾਲ ਚੱਲਦਾ ਰਿਹਾ, ਮੇਰੇ ਫਾਦਰ ਸਾਹਿਬ ਸਰਦਾਰ ਨਾਜ਼ਮ ਸਿੰਘ ਜੀ ਐਕਸਪਾਇਰ ਨੇ ਮੇਰੇ ਪਾਪਾ, ਹੁਣ ਤਾਂ ਸਰਪੰਚ ਸੀ ਪਿੰਡ ਦੇ, ਉਹ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਵੀ ਯਾਰ ਜਿੱਦਾਂ ਨਾ ਮਾਂ ਪਿਓ ਕਹਿੰਦਾ ਆਪਦੇ ਬੱਚੇ ਨੂੰ ਵੀ ਜਾ ਕਿਸੇ ਦੇ ਪੈਰੀਂ ਡਿੱਗ ਪਾ ਕਰ ਲਾ ਕੁਛ, ਲਿਖ ਲਿਆ ਕਾਪੀਆਂ ਭਰੀ ਜਾਂਦਾ, ਤਾਂ ਮੈਨੂੰ ਆਉਂਦਾ ਵੀ ਚਲੋ ਚੱਲਦੇ ਮੇਰਾ, ਕਿਉਂਕਿ ਮੇਰਾ ਇੰਨਾ ਖਿਆਲ ਨਹੀਂ ਸੀ ਨਾ ਵੀ ਗਾਣੇ ਰਿਕਾਰਡ ਵੀ ਹੁੰਦੇ, ਉਦੋਂ ਪਤਾ ਹੀ ਨਹੀਂ ਸੀ ਪੜ੍ਹਦੇ ਪੜ੍ਹਦੇ ਹੀ, ਬਸ ਇੱਦਾਂ ਹੀ ਚੱਲੀ ਗਿਆ ਚੱਲਦਾ ਗਿਆ ਚੱਲਦਾ ਗਿਆ। ਅਤੇ ਫਿਰ ਮੇਰੀ ਸਿਸਟਰ ਦੀ ਫਿਰ ਉਸ ਤੋਂ ਬਾਅਦ ਕਾਫੀ ਵਿੱਚ ਜ਼ਿੰਦਗੀ 'ਚ ਕਾਫੀ ਕੁਛ ਹੋਇਆ ਨਾ, ਚੰਡੀਗੜ੍ਹ ਆਏ, ਬੱਸ 'ਚ ਕਨੈਕਟਰੀ ਕੀਤੀ, ਫਾਦਰ ਸਾਹਿਬ ਐਕਸਪਾਇਰ ਹੋ ਗਏ, ਫਿਰ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਰਾਈਏ, ਉੱਥੇ ਮੇਰੇ ਭਾਅ ਜੀ ਸਰਦਾਰ ਬਲਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਉਹ ਮਿਲੇ, ਉਹਨਾਂ ਨੂੰ ਵੀ ਇਹ ਚੀਜ਼ ਦਾ ਸ਼ੌਂਕ ਸੀ, ਜਦੋਂ ਮੇਰੀ ਸਿਸਟਰ ਨੇ ਦੱਸਿਆ ਵੀ ਆਪਣਾ ਸਰਬਾ ਲਿਖਦਾ, ਤਾਂ ਉਹਨਾਂ ਨੇ ਮੇਰੇ ਗਾਣੇ ਸੁਣੇ, ਮੈਨੂੰ ਕਹਿੰਦੇ ਯਾਰ ਵੀ ਠੀਕ ਵਧੀਆ ਲਿਖਦਾ ਹੈ ਨਾ, ਮੈਂ ਕਿਹਾ ਬਾਈ ਪਤਾ ਨਹੀਂ ਕਿੱਦਾਂ ਗਏ ਤੁਸੀਂ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਉਸਤਾਦ ਜੀ ਜਨਾਬ ਨੀਲੇ ਖਾਨ ਜੀ ਸਵਾਲਵਾਸੀ ਰਾਈਏ ਤੋਂ, ਜਿਹਨਾਂ ਦੇ ਗਾਣੇ ਚੱਲੇ ਬਠਿੰਡਾ ਬੀਕਾਨੇਰ ਹੋ ਗਿਆ, ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਭੁੱਲਾ ਸਾਹਿਬ ਨੇ ਗਾਏ, ਅਤੇ ਉਹਨਾਂ ਦੇ ਨਾਲ ਮਿਲਾਇਆ, ਅਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਲਈ ਬਹੁਤ ਕੁਛ ਕੀਤਾ ਨਾ, ਮਿਹਨਤ ਚੱਲਦੀ ਗਈ, ਮੈਂ ਤਾਂ ਬਸ ਇੱਕ ਪਰਦੇ ਦੇ ਪਿੱਛੇ ਸੀ, ਕਿਉਂਕਿ ਕਈ ਕਲਾਕਾਰਾਂ ਨੂੰ ਤਾਂ ਪਤਾ ਨਹੀਂ ਸਰਬਾ ਕੌਣ ਹੈ, ਉਹਨਾਂ ਨੂੰ ਹੁਣ ਥੋੜ੍ਹਾ ਜਿਹਾ ਟਾਈਮ ਪਹਿਲਾਂ ਹੀ ਪਤਾ ਲੱਗਿਆ ਵੀ ਅੱਛਾ ਇਹ ਹੈ ਸਰਬਾ। ਕੀ ਬਾਤ ਹੈ, ਮੇਰੇ ਭਾਅ ਜੀ ਨੂੰ ਸਰ ਵੀ ਤੂੰ ਹੀ ਮਿਲ ਲਾ, ਮੇਰਾ ਤਾਂ ਸਵਾਲ ਮੈਂ ਜਾਂਦਾ ਨਹੀਂ ਸੀ ਕਿਤੇ, ਬਸ ਇੱਦਾਂ ਹੀ ਚੱਲਦਾ ਗਿਆ ਜੀ। ਇਹ ਕੰਡਕਟਰੀ ਵਾਲਾ ਫੇਜ਼ ਕਦੋਂ ਸ਼ੁਰੂ ਹੋਇਆ ਜ਼ਿੰਦਗੀ 'ਚ, ਸਰਬੇ ਨੇ ਕੰਡਕਟਰੀ ਕਦੋਂ ਸ਼ੁਰੂ ਕੀਤੀ? ਕੰਡਕਟਰੀ ਬਈ ਮੈਂ 98 'ਚ 2001-2002 'ਚ ਮੇਰੀ ਜਿਹੜੀ ਸਟੱਡੀ ਆ ਉਹ ਵੀ ਰਹਿ ਗਈ ਹੈ ਨਾ ਵਿੱਚ ਥੋੜ੍ਹੀ ਫੈਮਿਲੀ ਪ੍ਰੋਬਲਮ ਕਰਕੇ, ਉਸ ਤੋਂ ਬਾਅਦ ਫਿਰ ਮੈਂ ਪੱਖੋਗੰਜ ਦੇ ਮਾਨਕ ਸਪੇਅਰ ਪਾਰਟ ਦੀ ਦੁਕਾਨ ਸੀ ਉੱਥੇ ਸਪੇਅਰ ਪਾਰਟਸ 'ਤੇ ਮੈਂ ਕੰਮ ਕਰਿਆ, ਫਿਰ ਮੇਰਾ ਭਰਾ ਮੇਰੇ ਪਿੰਡੋਂ ਹਰਦੀਪ ਦੀਪਾ ਵੀਰਾ ਪੁਲਿਸ 'ਚ ਆ, ਪੰਜਾਬ ਪੁਲਿਸ 'ਚ, ਉਹ ਇੱਥੇ ਚੰਡੀਗੜ੍ਹ ਸੀ ਉਹ ਲਿਆਏ ਚੰਡੀਗੜ੍ਹ, ਫਿਰ ਅਤੇ ਸਿੰਮ ਸੁੰਮ ਵਿੱਚ ਆ ਕੇ ਪ੍ਰਾਈਵੇਟ ਜਸੂਸੀਆਂ ਕੀਤੀਆਂ, ਉਹ ਕੰਮ ਨਹੀਂ ਚੱਲਿਆ, ਫਿਰ ਪਿੰਡ ਮੁੜ ਗਏ, ਫਿਰ ਉਦੋਂ ਬਾਅਦ ਥੋੜ੍ਹਾ ਟਾਈਮ ਫਰੀ ਰਿਹਾ, ਫਿਰ ਇੱਕ ਹੁੰਦਾ ਸੀ ਮੁੰਡਾ ਉੱਥੇ ਪੱਖੋ ਕਲਾਂ ਦਾ ਜੱਗਾ, ਉਹਦੇ ਨਾਲ ਮੈਂ ਇੱਕ ਦਿਨ ਲੜ ਪਿਆ ਆਪਸ ਵਿੱਚ, ਅਸੀਂ ਹੈ ਨਾ ਥੋੜ੍ਹੇ ਜਿਹੇ ਉਹੀ ਹੋ ਗਏ, ਅਤੇ ਅਗਲੇ ਦਿਨ ਉਹਨੇ ਬਸ ਮੈਨੂੰ ਸਾਡੀ ਇਹੋ ਜਿਹੀ ਯਾਰੀ ਪੈ ਗਈ, ਮੈਨੂੰ ਕਹਿੰਦਾ ਜਾ ਯਾਰਾ ਬੱਸ 'ਤੇ ਚੜ੍ਹ ਜਾ ਮਿੰਨੀ 'ਤੇ। ਕਿਆ ਬਾਤ ਹੈ, ਉੱਥੋਂ ਸ਼ੁਰੂ ਹੋ ਗਿਆ ਬਾਈ ਸਫ਼ਰ। ਇਹ ਜਸੂਸੀ ਵਾਲੀ ਗੱਲ ਤੁਸੀਂ ਸਾਂਝੀ ਕੀਤੀ, ਇੱਕ ਪਿੰਡ ਦਾ ਮੁੰਡਾ ਚੰਡੀਗੜ੍ਹ ਸ਼ਹਿਰ 'ਚ ਆ ਕੇ ਜਸੂਸੀ ਵਾਲਾ ਕੰਮ, ਥੋੜ੍ਹਾ ਜਿਹਾ ਦੱਸਣਾ ਚਾਹੋਗੇ ਵੀ ਇਹ ਹਾਂ ਕਿਵੇਂ ਕਰਤੀ ਵੀ ਮੈਂ ਇਹ ਕਰ ਲੂੰਗਾ ਜਾਂ ਮੈਂ ਕਰ ਦੂੰਗਾ? ਨਹੀਂ ਬਾਈ ਜਦੋਂ ਸਿੰਮ ਵਾਲਾ ਕੰਮ ਆਪਾਂ ਤੋਂ ਨਹੀਂ ਹੋਣਾ ਇੰਨਾ ਹੋਇਆ, ਥੋੜ੍ਹਾ ਤੁਹਾਨੂੰ ਪਤਾ ਹੀ ਹੈ, ਫਿਰ ਮੈਨੂੰ ਮੇਰੇ ਜਿੰਨੇ ਮੇਰੇ ਯਾਰ ਦੋਸਤ ਸੀ ਕਾਫੀ ਨਾ ਮੋਗੇ ਸਾਈਡ ਦੇ ਸੀ, ਕੋਟੀ ਸਿੱਖਾਂ ਤੋਂ ਮੇਰੇ ਭਰਾ ਕਾਫੀ ਹੈ ਨਾ, ਦਵਿੰਦਰ ਵਰਗੇ, ਟਿੰਕੂ ਵਰਗੇ ਕਾਫੀ ਜਾਣੇ ਸੀਗੇ, ਅਤੇ ਉਹਨਾਂ ਦੇ ਨਾਲ ਬਸ ਫਿਰ ਉੱਥੇ ਉਹਨਾਂ ਨੇ ਦੇਖਿਆ ਅਤੇ ਮੈਨੂੰ ਇੱਧਰ ਕਰਤਾ, ਅਤੇ ਫਿਰ ਮੈਂ ਹੌਲੀ 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 ਐਕਸਪੀਰੀਅੰਸ ਆਉਂਦਾ ਗਿਆ ਨਾ, ਕਿਉਂਕਿ ਮੈਂ ਇੱਕੋ ਇੱਕ ਪੰਜਾਬੀ ਸੀਗਾ, ਬਾਕੀ ਦਿੱਲੀ ਤੋਂ ਸੀਗੇ ਸਰ ਸਾਡੇ, ਅਤੇ ਬਾਕੀ ਇੱਕ ਮੁੰਡਾ ਇੱਧਰੋਂ ਸੀ ਚੰਡੀਗੜ੍ਹ ਲੱਗ ਗਏ ਸੀ, ਦੋ ਅਜੇ ਪੰਜ ਚਾਰ ਇੱਕ ਜਾਣੇ ਸੀਗੇ, ਬਹੁਤ ਹੌਲੀ ਹੌਲੀ ਐਕਸਪੀਰੀਅੰਸ ਆਉਂਦਾ ਗਿਆ ਬਾਈ। ਹਾਂ ਸਰ, ਵੀ ਸੋਚਿਆ ਕੀ ਸੀ ਬਾਈ ਜਦੋਂ ਪੜ੍ਹਦੇ ਸੀ ਜਦੋਂ ਕਾਲਜ 'ਚ ਸੀ ਕਿ ਮੈਂ ਜ਼ਿੰਦਗੀ 'ਚ ਕੀ ਕਰਨਾ? ਕੁਛ ਨਹੀਂ ਸੋਚਿਆ ਬਾਈ, ਕੁਛ ਨਹੀਂ ਸੋਚਿਆ ਸੀ, ਨਿਊਟਰਲ ਚੱਲਦੇ ਸੀ ਨਾ, ਬਸ ਅਸੀਂ ਸੀ ਵੀ ਬਸ, ਕਿਉਂਕਿ ਉਦੋਂ ਡੈਡੀ ਸੀਗਾ, ਤੁਹਾਨੂੰ ਪਤਾ ਫਿਰ ਪਿਓ ਹੁੰਦੇ ਦਾ ਸੋਚਦੇ ਬੰਦਾ ਬੇਫਿਕਰ ਰਹਿੰਦਾ, ਅੱਜ ਤਾਂ ਅੱਜ ਕੱਲ੍ਹ ਤਾਂ ਸੋਚਦੇ ਉਹ ਟਾਈਮ 'ਚ ਤਾਂ ਕੁਛ ਨਹੀਂ ਸੋਚਿਆ ਜੀ, ਐਂਦਾ ਵੀ ਯਾਰ ਵੀ ਯਾਰ, ਪਰ ਇੱਦਾਂ ਸੀ ਬਾਈ ਮੈਨੂੰ ਸੀਗਾ ਵੀ ਯਾਰ ਆਪਾਂ ਕਲਾਕਾਰੀ 'ਚ ਹੀ ਜਾਣਾ, ਕਿਉਂਕਿ ਮੇਰੇ ਫਾਦਰ ਸਾਹਿਬ ਦਾ ਵਧੀਆ ਸੀ ਅਸਲ ਰਸੂਖ ਸੀ ਹੈ ਨਾ, ਅਫਸਰ ਸਾਹਿਬ 'ਚ ਵਧੀਆ ਸੀ, ਲੀਡਰਸ਼ਿਪ 'ਚ ਵਧੀਆ ਸੀ, ਉਹ ਮੈਨੂੰ ਇੱਕ ਦੋ ਵਾਰ ਉਹਨਾਂ ਨੇ ਪੰਜਾਬ ਪੁਲਿਸ ਦੀ ਭਰਤੀ ਵਗੈਰਾ ਵੀ ਵਿਖਾਈ ਉਹ ਟਾਈਮਾਂ 'ਚ ਨਾ, ਪਰ ਮੇਰਾ ਅੰਦਰ ਨਹੀਂ ਸੀ ਮੰਨਦਾ,
ਵੀ ਯਾਰ ਵੀ ਉੱਥੇ ਭਰਤੀ ਹੋਣ ਤਾਂ ਮੈਂ ਫਿਰ ਇੰਨੀ ਮਿਹਨਤ ਨਹੀਂ ਸੀ ਕਰਦਾ ਉਹ ਚੀਜ਼ ਲਈ ਕਈ ਗਾਲਾਂ ਵੀ ਪਈਆਂ ਕਿਉਂਕਿ ਪਤਾ ਨਹੀਂ ਕਿਉਂ ਅੰਦਰੋਂ ਇੱਕ ਚੀਜ਼ ਸੀਗੀ ਨਾ ਵੀ ਯਾਰ ਕਲਾਕਾਰੀ ਦੇਖਾਂ ਯਾਰ ਇੱਧਰ ਹੀ। ਚਲੋ ਸਰਬੇ ਬਾਈ ਹੁਣ ਤਾਂ ਚਲੋ ਵੱਡਾ ਨਾਂ ਏ, ਹਿੱਟ ਹੋ ਗਏ ਤੁਸੀਂ, ਗਾਣੇ ਵੱਡੇ ਦਿੱਤੇ, ਉਹ ਦੌਰ ਕਿਵੇਂ ਸਰਬੇ ਨੇ ਸਪੈਂਡ ਕੀਤਾ ਜਦੋਂ ਕੁਛ ਦਿਖ ਨਹੀਂ ਰਿਹਾ ਹੁੰਦਾ ਆਰਟਿਸਟ ਨੂੰ ਕਿ ਯਾਰ ਮੈਂ ਲਿਖਦਾ ਵੀ ਹਾਂ, ਵੈਲਿਊ ਨਹੀਂ ਪੈ ਰਹੀ, ਤੁਸੀਂ ਕੰਡਕਟਰੀ ਕਰਦੇ ਸੀ, ਇੱਕ ਇਨਕਮ ਵੀ ਬੰਦੇ ਨੂੰ ਸਰਵਾਈਵ ਦੇ ਲਈ ਬਹੁਤ ਜ਼ਰੂਰੀ ਹੁੰਦੀ ਆ, ਉਹ ਵੀ ਪ੍ਰੋਪਰ ਨਹੀਂ ਆ ਰਹੀ ਸੀ, ਉਦੋਂ ਸਰਵਾ ਕੀ ਸੋਚਦਾ ਸੀ, ਕਿਵੇਂ ਸਰਵਾ ਸਰਵਾਈਵ ਕਰਦਾ ਸੀ? ਨਹੀਂ ਬਈ ਸੋਚਣ ਵਾਲੀ ਤਾਂ ਗੱਲ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ, ਮੇਰੇ ਭਾਅ ਜੀ ਮੇਰੇ ਲਈ ਬਹੁਤ ਮਿਹਨਤ ਕਰਦੇ ਸੀ ਨਾ, ਫਿਰ 2009 'ਚ ਸਾਡਾ ਇੱਕ ਗਾਣਾ ਆ ਗਿਆ ਸਵਾ ਨਵੇਂ ਸਾਲ ਦੇ ਪ੍ਰੋਗਰਾਮ 'ਚ, ਅਸੀਂ ਪੱਲਿਓ 1,00,000 ਰੁਪਏ ਵਾਂਗੂ ਲਾਇਆ ਪਰ ਚੱਲਿਆ ਨਹੀਂ ਗਾਣਾ, ਨਾ ਪੁੱਛਿਆ ਨਹੀਂ ਕਿਸੇ ਨੇ, ਅਤੇ ਉਸ ਤੋਂ ਬਾਅਦ ਫਿਰ ਇੱਦਾਂ ਹੀ ਭਾਅ ਜੀ ਕਹਿੰਦਾ ਵੀ ਯਾਰ ਆਪਾਂ ਪੈਸੇ ਨਹੀਂ ਕਿਸੇ ਨੂੰ ਦੇਣੇ, ਇੱਦਾਂ ਚੱਲੀ ਆ। ਅਤੇ ਉਸ ਤੋਂ ਬਾਅਦ ਫਿਰ ਨੀਲੇ ਬਾਈ ਨੇ ਮੇਰੇ ਗਾਣੇ ਕਰਵਾਤੇ ਹੈ ਨਾ, ਫਿਰ ਚਮਕੌਰ ਖੱਟੜੇ ਬਾਈ ਨੇ ਗਾਣਾ ਗਾਤਾ ਮੇਰਾ ਗੁੱਡੀ, ਅਤੇ ਉਹ ਟਾਈਟਲ ਸੌਂਗ ਸੀ ਮੇਰਾ। ਉਦੋਂ ਮੈਨੂੰ ਥੋੜ੍ਹਾ ਐਂ ਹੋ ਗਿਆ ਵੀ ਯਾਰ ਹਾਂ ਬਾਕੀ ਕੁਛ ਆਪਣਾ ਬਣ ਸਕਦਾ, ਕਿਉਂਕਿ ਉਹ 'ਚ ਬਹੁਤ ਵੱਡੇ ਵੱਡੇ ਗੀਤਕਾਰਾਂ ਦੇ ਗੀਤ ਸੀ ਹੈ ਨਾ, ਅਤੇ ਚੰਨੀ ਬਾਈ ਦਾ ਗੀਤ ਸੀ, ਰੁੜਕੀ ਰਾਣੇ ਦਾ, ਹੋਰ ਗੁਰਵਿੰਦਰ ਬਾਈ ਦਾ ਗਾਣਾ ਸੀਗਾ, ਅਤੇ ਆਪਣਾ ਗਾਣਾ ਸੀ ਜਿਹੜਾ ਉਹ ਟਾਈਟਲ ਬਣ ਕੇ ਆਇਆ ਟੇਪ ਦਾ ਨਾ, ਤਾਂ ਖੁਸ਼ੀ ਵੀ ਹੋਈ ਵੀ ਯਾਰ ਬਹੁਤ ਵਧੀਆ ਹੈ ਨਾ। ਅਤੇ ਬਹੁਤ ਬਾਅਦ ਫਿਰ ਐਮੀ ਬਾਈ ਨੇ ਗਾਣਾ ਗਾਤਾ ਮੇਰਾ, ਫੀਲਿੰਗ ਵੇਖ ਕੇ ਸੋਹਣੀ ਨੱਡੀ ਫੀਲਿੰਗ ਜੀ ਲੈ ਲਈ, ਐਮੀ ਬਾਈ ਦੀ ਪਹਿਲੀ ਟੇਪ ਸੀ ਉਦੋਂ ਹੈ ਨਾ। ਬਸ ਉਸ ਤੋਂ ਬਾਅਦ ਫਿਰ ਗੁਰਲੇਜ ਅਖਤਰੀ ਜੀ ਨੇ ਗਾਣਾ ਗਾਤਾ, ਚਮਕੌਰ ਖੱਟੜੇ ਬਾਈ ਤੋਂ ਬਾਅਦ ਫਿਰ ਗੁਰਲੇਜ ਤੋਂ ਬਾਅਦ ਫਿਰ ਸ਼ਦੇਸ਼ ਕੁਮਾਰੀ ਜੀ ਨੇ ਡਿਊਟ ਕਰਿਆ, ਗੁਰਲੇਜ ਜੀ ਨੇ ਵੀ ਡਿਊਟ ਕੀਤਾ, ਫਿਰ ਇੱਦਾਂ ਚੱਲਦਾ ਗਿਆ ਹੌਲੀ ਹੌਲੀ। ਪਰਮੇਸ਼ ਵਰਮਾ ਦੇ ਨਾਲ ਸਰਬਾ ਕਿਵੇਂ ਜੁੜਿਆ? ਪਰਮੇਸ਼ ਵਰਮੇ ਵੀਰੇ ਨਾਲ ਮੈਂ ਆਇਆ ਸੀ ਵੀਰੇ ਇੱਥੇ ਚਿੱਟੇ ਗਾਣੇ ਤੋਂ ਬਾਅਦ ਚੰਡੀਗੜ੍ਹ, ਐਸ ਕੇ ਵੀ ਬਾਈ ਜਿਨ੍ਹਾਂ ਨੇ ਚਿੱਟੇ ਦਾ ਮਿਊਜ਼ਿਕ ਕਰਿਆ ਹੈ ਨਾ ਭਦੌੜ ਤੋਂ, ਮੇਰਾ ਬਹੁਤ ਪਿਆਰਾ ਭਰਾ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਹਰਸਿਮਰਨ ਵੀਰੇ ਦੇ ਨਾਲ ਮਿਲਾਇਆ ਹੈ ਨਾ, ਹਰਸਿਮਰਨ ਵੀਰੇ ਨਾਲ ਇੱਕ ਭਰਾ ਰਹਿੰਦਾ ਉਹਦੇ ਮੁੰਡਾ ਸਾਡਾ, ਉਹਦੇ ਨਾਲ ਮੇਰਾ ਬੜਾ ਪਿਆਰ ਸੀ ਹੈ ਨਾ, ਬਹੁਤ ਬਾਕਮਾਲ ਸਿੰਗਰ ਸੀ ਬਾਈ। ਐਸ ਕੇ ਵੀਰੇ ਨੇ ਵਾਪਸ ਮੁੜਨਾ ਸੀਗਾ ਅਤੇ ਮੈਨੂੰ, ਮੈਂ ਕਿਹਾ ਵੀ ਯਾਰ ਮੈਂ ਤਾਂ ਰਹਿਣਾ ਉਰੇ, ਅਤੇ ਉਹ ਹਰਸਿਮਰਨ ਵੀਰਾ ਕਹਿੰਦਾ ਤੂੰ ਇੱਦਾਂ ਕਰ ਵੀ ਮੇਰੇ ਕੋਲ ਰਹਿ ਪਾ ਸਰਬੇ ਹੈ ਨਾ, ਤਾਂ ਮੈਂ ਵੀਰੇ ਕੋਲ ਰਿਹਾ ਦੂਸਰੇ ਦਿਨ, ਫਿਰ ਵੀਰੇ ਨਾਲ ਵਧੀਆ, ਫਿਰ ਉਦੋਂ ਮੈਨੂੰ ਪਰਮੇਸ਼ ਵੀਰਾ ਮਿਲਿਆ ਸੀ, ਕਿਉਂਕਿ ਉਦੋਂ ਪਰਮੇਸ਼ ਵੀਰਾ ਵੀ ਸਟਰਗਲ 'ਚ ਸੀਗਾ, ਅਤੇ ਵੀਰੇ ਨੂੰ ਆਪਣਾ ਚਿੱਟਾ ਗਾਣਾ ਵੀ ਉਦੋਂ ਵਧੀਆ ਪਸੰਦ ਸੀਗਾ ਬਾਈ ਨੂੰ ਨਾ, ਅਤੇ ਬਸ ਉਸ ਤੋਂ ਬਾਅਦ ਫਿਰ ਹੌਲੀ 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 ਚੱਲਦਾ ਗਿਆ, ਚਲੋ ਹੁਣ ਤਾਂ ਫੈਮਿਲੀ ਰਿਲੇਸ਼ਨ ਹੈ। ਗਾਣੇ 'ਚ ਵੀ ਪਰਮੇਸ਼ ਬਾਈ ਕਹਿੰਦਾ ਕਿ ਮੈਂ ਸਰਬੇ ਨੂੰ ਬੁਲਾਇਆ, ਫਿਰ ਅਸੀਂ ਇੱਦਾਂ ਇੱਦਾਂ ਕਰਕੇ ਪਲੈਨ ਕੀਤੀ, ਫਿਰ ਟੌਰ ਨਾਲ ਛੜਾ ਬਣਿਆ, ਇਹ ਪਲੈਨਿੰਗ ਕਿਵੇਂ ਹੋਈ? ਔਨ ਦਾ ਸਪੋਟ ਬਣਿਆ ਜਾਂ ਪਹਿਲਾਂ ਸਰਬੇ ਨੇ ਬਣਾਇਆ ਹੋਇਆ ਸੀ, ਕਿਵੇਂ ਹੋਇਆ ਹੈ? ਨਹੀਂ ਬਈ ਛੜਾ ਗਾਣਾ ਸੀ ਜਿਹੜਾ, ਉਹ ਪਰਮੇਸ਼ ਵੀਰੇ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਸਰਬੇ ਆ ਗਾਣਾ ਲਿਖਣਾ ਟੌਰ ਨਾਲ ਛੜਾ, ਵੀ ਵੇਖ ਜੇ ਕੁਛ ਬਣ, ਮਤਲਬ ਉਹਨਾਂ ਨੇ ਤੁਹਾਨੂੰ ਲਾਈਨ ਦਿੱਤੀ ਇੰਨੀ ਹਾਈ ਨਹੀਂ ਲੈਣ ਦਿੱਤੀ ਟੌਰ ਨਾ ਛੜਾ, ਵੀ ਛੜਾ ਅੱਗੇ ਕੀ ਕਰ ਸਕਦਾ ਸਰਬੇ ਤੂੰ ਵੇਖ, ਕਿਉਂਕਿ ਵੀਰਾ ਅਮੂਮਨ ਨਾ ਮੈਨੂੰ ਉੱਦਾਂ ਕਹਿੰਦੇ ਰਹਿੰਦਾ ਨਾ ਵੀ ਸਰਬੇ ਕੁਛ ਦੇਖ ਹੈ ਨਾ, ਅਤੇ ਉਹ ਮੈਂ ਵੀਰੇ ਨੂੰ ਇੱਦਾਂ ਲਿਖ ਕੇ ਭੇਜਤਾ, ਅਤੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਬਾਈ ਨੇ ਗਾਣਾ ਗਾਉਣਾ ਵੀਰੇ ਨੇ, ਕਿਉਂਕਿ ਉਦੋਂ ਬਾਅਦ ਆਲਾ ਚੱਕ ਮੈਂ ਆ ਗਿਆ ਉਹਦੀ ਵੀਡੀਓ 'ਚ ਵੀ, ਆ ਮੈਂ ਵੀਰੇ ਨੇ ਮੈਨੂੰ ਬੁਲਾਇਆ ਨਾ ਵੀ ਪਿਆਰ ਕਰਦੇ ਜੀ। ਉਸ ਤੋਂ ਬਾਅਦ ਫਿਰ ਮੇਰੇ ਲਈ ਸਰਪ੍ਰਾਈਜ਼ ਹੀ ਸੀ, ਜਿਵੇਂ ਜਿਵੇਂ ਵੀਰੇ ਨੇ ਆਡੀਓ ਸੁਣਾਈ ਉਹ ਵੀ ਮੇਰੇ ਲਈ ਸਰਪ੍ਰਾਈਜ਼, ਫਿਰ ਵੀਡੀਓ 'ਤੇ ਮੈਨੂੰ ਬੁਲਾਇਆ ਉਹ ਵੀ ਮੇਰੇ ਲਈ ਸਰਪ੍ਰਾਈਜ਼, ਕਿਆ ਬਾਤ ਹੈ, ਫਿਰ ਜਿਹਦੇ ਰਿਲੀਜ਼ ਹੋ ਗਈ ਸਰਪ੍ਰਾਈਜ਼। ਅਤੇ ਵੀਰੇ ਇਸ ਗਾਣੇ ਨੇ ਰਿਕਾਰਡ ਤੋੜਤੇ, ਮਤਲਬ ਕਹਿ ਲਓ ਕਿ ਇਹ ਆਇਆ ਮਾਈਂਡ 'ਚ, ਪਰ ਕਿੰਨੀ ਕੁ ਖੁਸ਼ੀ ਹੋਈ ਬਾਈ ਜਦੋਂ ਪਤਾ ਲੱਗਿਆ ਕਿ ਟੌਰ ਨਾਲ ਛੜਾ ਟ੍ਰੈਂਡਿੰਗ 'ਚ? ਨਹੀਂ ਬਾਈ ਖੁਸ਼ੀ ਵਾਲੀ ਗੱਲ ਆ, ਜਿੱਥੋਂ ਹੁੰਦੀ ਆ ਬਾਈ ਖੁਸ਼ੀ ਤਾਂ ਹੈ, ਪਰ ਮੈਨੂੰ ਆਪਣੇ ਨਾਲੋਂ ਮੈਨੂੰ ਖੁਸ਼ੀ ਉਦੋਂ ਜ਼ਿਆਦਾ ਹੁੰਦੀ ਹੈ ਨਾ ਜਦੋਂ ਯਾਰ ਮੇਰੇ ਪਿੰਡ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਯਾਰ ਸਾਨੂੰ ਅੱਜ ਕੋਈ ਪੁੱਛਦਾ ਸੀ, ਸਾਨੂੰ ਖੁਸ਼ੀ ਹੋਈ ਆ, ਮੇਰੇ ਯਾਰ ਦੋਸਤ ਕਹਿੰਦੇ, ਕਿਆ ਬਾਤ ਹੈ। ਮੇਰੇ ਲਈ ਬਾਈ ਟ੍ਰੈਂਡਿੰਗ 'ਚ ਆਉਣਾ ਜਾਂ ਕੁਛ ਇੱਦਾਂ ਦਾ, ਵੀ ਮੇਰੇ ਲਈ ਤਾਂ ਉਹ ਚੀਜ਼ਾਂ ਕੁਛ ਨਹੀਂ ਆਉਣਾ, ਮੈਨੂੰ ਤਾਂ ਯਾਰ ਅਚੰਭਾ ਹੋ ਜਾਂਦਾ ਵੀ ਯਾਰ ਅੱਛਾ ਹੋ ਗਿਆ ਕੁਛ, ਵੀ ਆਪਾਂ ਤਾਂ ਠੀਕ ਆ ਬਾਜ ਹੋ ਗਈ ਹਾਂ ਵਧੀਆ ਮਾਲਕ। ਅਤੇ ਉਸ ਤੋਂ ਬਾਅਦ ਫਿਰ ਦੂਜਾ ਗਾਣਾ ਜਿਹੜਾ ਹਿੱਟ ਹੋਇਆ ਕਿ ਸਭ ਫੜੇ ਜਾਣਗੇ, ਹਾਂਜੀ, ਅਤੇ ਇਹ ਫਿਰ ਕਿਵੇਂ ਮਾਇੰਡ 'ਚ ਆਇਆ ਵੀ ਇਹ, ਮਤਲਬ ਤੁਸੀਂ ਬਹੁਤ ਦੇ ਭੇਦ ਖੋਲਤੇ ਯਾਰ? ਉਹ ਬਾਈ ਇੱਦਾਂ ਗੱਲ ਵੀਰੇ ਜਗੇਸ਼ ਭਰਾ ਵੀ ਉਹ ਵੀਰੇ ਨੂੰ ਹੈ ਨਾ, ਫਿਰ ਇੱਕ ਨਾ ਸਾਡਾ ਉਹ ਹੋ ਗਿਆ ਹੈ ਨਾ, ਮੈਨੂੰ ਪਤਾ ਜੇ ਲੱਗਣ ਲੱਗ ਗਿਆ ਨਾ ਵੀ ਵੀਰਾ ਯਾਰ ਇੱਦਾਂ ਦੇ ਗਾਣੇ ਹੈ ਨਾ, ਹਾਂ, ਕਿਉਂਕਿ ਮੇਰੇ ਚਲ ਵੀਰੇ ਨਾਲ ਮੈਂ ਜ਼ਿਆਦਾ ਰਹਿੰਦਾ ਹੈ ਨਾ,
ਉਹਦਾ ਕਰਕੇ ਫਿਰ ਮੈਨੂੰ ਮੇਰੇ ਮਾਇੰਡ 'ਚ ਆਇਆ ਵੀ ਯਾਰ ਆਪਾਂ, ਕਿਉਂਕਿ ਮੈਂ ਜ਼ਿਆਦਾਤਰ ਪਿੰਡ ਰਹਿੰਦਾ ਸੀ ਹੁਣ ਵੀ, ਹੈ ਨਾ, ਅਤੇ ਉਦੋਂ ਫਿਰ ਪਿੰਡਾਂ 'ਚ ਤੁਹਾਨੂੰ ਪਤਾ ਨਾ ਇੱਦਾਂ ਹੀ ਗੱਲ ਕਰਦਾ ਵੀ ਯਾਰ ਆਹ ਕੀ ਗੱਲ ਬਾਤ ਕਰਦਾ, ਕੋਈ ਨਾ ਕਿਉਂ ਫਿਕਰ ਕਰਦਾ ਯਾਰ ਸਾਰੇ ਫੜੇ ਜਾਣਗੇ ਉਹ ਆਪਣਾ ਨਾ ਪਿੱਟ ਡਾਇਲੋਗ ਜਿਹਾ ਪਿੰਡਾਂ ਹਾਂ ਬਿਲਕੁਲ। ਅਤੇ ਉੱਥੇ ਫਿਰ ਉਹ ਮੈਂ ਵੀਰੇ ਨੂੰ ਗਾਣਾ ਭੇਜਿਆ ਤਾਂ ਵੀਰੇ ਨੇ ਸਾਰਾ ਮਤਲਬ ਕਿ ਸੁਣਿਆ ਵਗੈਰਾ, ਹੈ ਨਾ। ਉਸ ਤੋਂ ਬਾਅਦ ਫਿਰ ਇੱਕ ਦਿਨ ਵੀਰੇ ਨੇ ਮੈਨੂੰ ਬੁਲਾਇਆ, ਕਹਿੰਦਾ ਵੀ ਸਰ ਵੀ ਆਇਆ ਤੇਰਾ ਗਾਣਾ ਕਰਿਆ ਪਿਆ ਨਵਾਂ, ਹੋਰ ਗਾਣਾ ਜਿਹੜਾ ਆਉਣਾ ਹੈ ਨਾ ਅਜੇ। ਅਤੇ ਉਹ ਜਦੋਂ ਮੈਂ ਵੀਰੇ ਨੇ ਮੈਨੂੰ ਸੁਣਿਆ, ਮੈਂ ਕਿਹਾ ਵੀ ਵੀਰੇ ਵਧੀਆ ਬਣ ਗਿਆ, ਮੈਂ ਕਿਹਾ ਬਾਕੀ ਤਾਂ ਜਿਹੜਾ ਤੁਸੀਂ ਕੁਛ ਕਰਦੇ ਵੀ ਵਧੀਆ ਕਰਦੇ ਹੋ ਨਾ, ਆਪਾਂ ਕਦੇ ਇੰਨਾ ਕਰਿਆ ਨਹੀਂ ਇੰਟਰਵਿਊ, ਕਿਉਂਕਿ ਭਰਾ ਜਿੱਥੇ ਭਰਾ ਵਾਲਾ ਪਿਆਰ ਹੁੰਦਾ ਉੱਥੇ ਬਾਈ ਹੈ ਨਾ ਚੱਲਦੀਆਂ ਨਹੀਂ। ਅਤੇ ਉਸ ਤੋਂ ਬਾਅਦ ਫਿਰ ਮੈਂ ਵੀਰੇ ਨੂੰ ਆਖਿਆ, ਮੈਂ ਕਿਹਾ ਵੀਰੇ ਵੀ ਆਪਾਂ ਇੱਕ ਉਹ ਵੀ ਗਾਣਾ ਲਿਖਿਆ ਸੀ, ਕਹਿੰਦਾ ਕਿਹੜਾ, ਮੈਂ ਕਿਹਾ ਵੀ ਸਭ ਫੜੇ ਜਾਣੇ, ਕਹਿੰਦਾ ਹਾਂ ਯਾਰ ਵਧੀਆ ਚੀਜ਼ ਹੈ, ਕਹਿੰਦਾ ਲਿਖਿਆ ਵਾ, ਮੈਂ ਕਿਹਾ ਵੀਰੇ ਯਾਦ ਤਾਂ ਨਹੀਂ, ਕਹਿੰਦਾ ਚੱਲ ਕੋਈ ਨਾ ਤੂੰ ਲਿਖ। ਅਤੇ ਉਹ ਉੱਧਰ 'ਚ ਦੂਸਰੀ ਬਾਲਕੋਨੀ 'ਚ ਚਲੇ ਗਏ ਅਤੇ ਵੀਰਾ ਮੈਨੂੰ ਸਮਝਾਉਣ ਲੱਗ ਗਿਆ ਵੀ ਐਂ ਕਰਕੇ ਇੱਦਾਂ ਕਰ ਲੈਂਦੇ ਆਪਾਂ, ਇੱਦਾਂ ਕਰ ਲੈਂਦੇ। ਮੈਨੂੰ ਕਹਿੰਦਾ ਬਾਕੀ ਚੱਲ ਤੂੰ ਇੱਕ ਵਾਰੀ ਬਣਾ ਆਪਾਂ ਵੇਖਦੇ ਹਾਂ ਕੀ ਕਰਦੇ। ਮੈਂ ਵੀਰੇ ਨੂੰ ਕਾਫ਼ੀ ਲਿਖ ਕੇ ਦੇ ਕੇ ਆਇਆ, ਵੀਰਾ ਕਹਿੰਦਾ ਵੀ ਕੋਈ ਨਾ ਹੁਣ ਕੁਛ ਮਿਲ ਗਿਆ, ਬਾਕੀ ਉਹ ਆਪ ਹੀ ਕਰ ਕੁਰ ਲੈਂਦਾ ਜਿਹੜਾ ਉਹ ਭਰਾ ਹੈ ਨਾ, ਤਾਂ ਕਰਕੇ ਚਲੋ ਉਦੋਂ ਬਾਅਦ ਆ ਗਿਆ ਬਾਬੇ ਦੀ ਕਿਰਪਾ ਨਾਲ ਅਤੇ ਵਧੀਆ ਰਹਿ ਗਿਆ, ਉਹਨੂੰ ਵੀ ਬਹੁਤ ਪਿਆਰ ਦਿੱਤਾ ਲੋਕਾਂ ਨੇ। ਬਾਈ ਜਿੱਦਾਂ ਕਿ ਤੁਸੀਂ ਦੱਸਿਆ, ਚਲੋ ਇੱਕ ਬੰਦੇ ਦੀ ਸਟਰਗਲ ਤਾਂ ਸਾਰੀ ਉਮਰ ਚੱਲੀ ਜਾਂਦੀ ਹੈ, ਅੱਜ ਤਾਂ ਸਰਬੇ ਦਾ ਨੌਂ ਬਣਨ ਤੋਂ ਪਹਿਲਾਂ ਕੋਈ ਇਹੋ ਜਿਹਾ ਪੀਰੀਅਡ ਜਿਹੜਾ ਤੁਸੀਂ ਦੇਖਿਆ, ਕੋਈ ਇਹੋ ਜਿਹਾ ਖਿਆਲ ਆਇਆ ਜਦੋਂ ਸਰਬੇ ਨੇ ਸੋਚਿਆ ਵੀ ਯਾਰ ਹੁਣ ਹਥਿਆਰ ਸਿੱਟ ਦਿੰਦੇ ਹਾਂ, ਗੱਲ ਬਣਨੀ ਨਹੀਂ, ਆਪਣੇ ਕੰਮ 'ਚ ਹੀ ਕੋਨਸਨਟ੍ਰੇਟ ਕਰਦੇ ਹਾਂ? ਨਹੀਂ ਵੀ ਕੰਮ ਤਾਂ ਫਿਰ ਇੱਕ ਕਨੈਕਟਰੀ ਸੀ ਬਾਈ, ਹੋਰ ਤਾਂ ਕੀ ਹੈ। ਖੇਤੀ 'ਚ ਤਾਂ ਆਪਾਂ ਮਤਲਬ ਸ਼ੁਰੂ ਤੋਂ ਨਹੀਂ ਮੈਂ ਪਿਆ ਖੇਤੀ 'ਚ, ਤਾਂ ਨਾ ਮੈਨੂੰ ਮੇਰੇ ਘਰਦਿਆਂ ਨੇ ਪਾਇਆ, ਕਿਉਂਕਿ ਜੁਆਇੰਟ ਫੈਮਿਲੀ ਰਹਿੰਦੇ ਅਸੀਂ ਨਾ ਚਾਚੇ ਤਾਏ, ਅਤੇ ਖੇਤੀ 'ਚ ਤਾਂ ਮੈਨੂੰ ਪਾਉਣਾ ਵੀ ਨਹੀਂ ਚਾਹੁੰਦੇ, ਕਿਉਂਕਿ ਹਨਾ ਸ਼ੁਰੂ ਤੋਂ ਹੀ ਮੈਂ ਬਾਹਰ ਹੀ ਰਿਹਾ ਜ਼ਿਆਦਾਤਰ ਤਾਂ ਨਾ, ਅਤੇ ਤਾਂ ਕਰਕੇ ਬਸ ਹਥਿਆਰ ਕਦੇ ਬਈ ਡਿੱਗ ਵੀ ਪੈਂਦੇ ਆ ਫਿਰ ਚੱਕ ਲੈਂਦੇ ਆ, ਬਾਲਕ ਦੀ ਕਰਾਂਗਾ ਤੁਹਾਨੂੰ ਪਤਾ ਹੀ ਇਹ ਤਾਂ ਚੱਲਦਾ ਹੀ ਰਹਿੰਦਾ ਹੈ ਨਾ, ਕਿਉਂਕਿ ਜ਼ਿੰਦਗੀ ਦਾ ਬੰਦਾ ਚਿਰ ਜਿੰਨਾ ਚਿਰ ਸ਼ਮਸ਼ਾਨ ਘਾਟ 'ਚ ਨਹੀਂ ਜਾਂਦਾ, ਸਟਰਗਲ ਤਾਂ ਹਰ ਇੱਕ ਇਨਸਾਨ ਦੀ ਚੱਲਦੀ, ਚਾਹੇ ਛੋਟਾ ਚਾਹੇ ਵੱਡਾ। ਬਿਲਕੁਲ ਹਾਂ। ਸੋ ਸਰ ਵੀ ਵੀਰੇ ਰਾਈਟਰ ਬਹੁਤ ਹੈ, ਅੱਜ ਕੱਲ੍ਹ ਮੁੰਡੇ ਲਿਖਦੇ ਨੇ ਹੈ ਨਾ, ਕਈ ਬਹੁਤ ਸੀਰੀਅਸ ਹੋ ਜਾਂਦੇ ਨੇ ਵੀਰੇ ਸਾਡਾ ਗਾਣਾ ਨਹੀਂ ਕੋਈ ਲੈ ਰਿਹਾ, ਸਾਨੂੰ ਕੋਈ ਮੌਕਾ ਨਹੀਂ ਦੇ ਰਿਹਾ, ਅਤੇ ਸਰਬੇ ਨੇ ਵੀ ਇਹ ਦੌਰ ਦੇਖਿਆ ਹੋਇਆ, ਉਹ ਰਾਈਟਰਾਂ ਨੂੰ ਕੀ ਕੀ ਮੈਸੇਜ, ਕੀ ਸੰਦੇਸ਼ ਦੇਣਾ ਚਾਹੋਗੇ? ਜਿਹੜੇ ਕਿ ਮੈਂ ਫੇਸਬੁੱਕ 'ਤੇ ਕਈ ਵਾਰ ਦੇਖਿਆ, ਮੈਨੂੰ ਵੀ ਮੈਸੇਜ ਕਰਦੇ ਵੀਰੇ ਸਾਡਾ ਗਾਣਾ ਦਵਾ ਦਿਓ ਕਿਸੇ ਨੂੰ, ਜੇ ਵੋ, ਉਹਨਾਂ ਨੂੰ ਮੈਸੇਜ ਕੀ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ? ਨਹੀਂ ਬਾਈ ਆਪਾਂ ਐਡੇ ਤਾਂ ਜੇ ਹੋਏ ਨਹੀਂ ਮੈਸੇਜ ਵਾਲੇ, ਆਪਾਂ ਤਾਂ ਆਪ ਜੇ ਸਟਰਗਲ ਕਰਦੇ ਹਾਂ, ਪਰ ਇੱਦਾਂ ਵੀ ਚਲੋ ਵੀਰੇ ਮਿਹਨਤ ਕਰਦੇ ਰਹੋ ਨਾ, ਪਰਮਾਤਮਾ ਇੱਕ ਦਿਨ ਜ਼ਰੂਰ ਬਾਂਹ ਫੜਦਾ। ਮੈਨੂੰ ਵੀ ਬਹੁਤ ਮੇਰੇ ਭਰਾ ਜਿਹੜੇ ਮੈਸੇਜ ਕਰਦੇ, ਮੈਨੂੰ ਗਾਣੇ ਵਿਖਾ ਕੇ ਵੀ ਜਾਂਦੇ, ਪਤਾ ਕਿ ਵੀਰੇ ਮੈਂ ਨਾ ਪਹਿਲਾਂ ਕਿਸੇ ਦੇ ਗਾਣੇ ਵੇਖਦਾ ਨਹੀਂ ਸੀ, ਕਿਉਂਕਿ ਆਪਾਂ ਉਹ ਊੜੇ ਆੜੇ ਦੇ 35-37 ਅੱਖਰ ਆ ਜਿਹੜੇ, ਹਾਂ ਉਹਦੇ 'ਚ ਵੀ ਬਣਾਉਣੇ, ਉਹਦੇ 'ਚ ਵੀ ਬਣਾਉਣੇ ਆ, ਅਤੇ ਮੇਰਾ ਮੰਨਣਾ ਵੀ ਕਈ ਵਾਰੀ ਕਿਤੇ ਥੋੜ੍ਹੀ ਬਹੁਤੀ ਲਾਈਨ ਵੀ ਹੈ ਨਾ, ਹਾਂ ਚੱਕੀ ਗਈ, ਹਾਂ ਮਿਲ ਵੀ ਗਈ, ਮਿਲ ਵੀ ਗਈ, ਤਾਂ ਕੱਲ੍ਹ ਨੂੰ ਇਹ ਚੀਜ਼ ਕਹਿ ਦੇਣਾ ਯਾਰ ਸਰਬੇ ਮਾਨ ਨੇ ਸਾਡਾ ਗਾਣਾ ਚੋਰੀ ਕਰ, ਅਤੇ ਬਾਈ ਆਪਣੇ ਤਾਂ ਮਾਲਕ ਦੀ ਕਿਰਪਾ ਨਾਲ ਆਪਣੇ ਤਾਂ ਆਪਦੇ ਕੋਲ ਬਹੁਤ ਪਿਆ, ਇਹੋ ਜਿਹੀ ਚੀਜ਼ ਆਪਾਂ ਨਾ ਹੀ ਪਰਮਾਤਮਾ ਤੋਂ ਕਦੇ ਮੰਗੀ ਆ ਨਾ ਹੀ ਕਰਨੀ ਹੈ, ਆਪਾਂ ਨੂੰ ਤਾਂ ਸੱਚੇ ਪਾਤਸ਼ਾਹ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਜਿੰਨਾ ਦੇਣਾ ਪਾ ਮੈਨੂੰ ਮੇਰੇ ਹੱਕ ਦਾ ਦੇ ਦੇ, ਕਿਹਦਾ ਹੱਕ ਖਾ ਕੇ ਆਪਣੀ ਜ਼ਮੀਰ ਉਹ ਚੀਜ਼ ਨੂੰ ਮੰਨਦੀ। ਇੱਕ ਵੱਡੀ ਗੱਲ ਵੀਰੇ, ਇਹ ਰਾਈਟਰਾਂ ਦੇ ਨਾਲ ਸ਼ੁਰੂ ਤੋਂ ਹੀ ਜਦੋਂ ਤੋਂ ਇੰਡਸਟਰੀ ਉੱਠੀ ਆ, 70-80 ਦੇ ਦਹਾਕੇ ਤੋਂ ਹੁਣ ਤੱਕ ਗੱਲ ਕਰ ਲਾਂ, ਹਮੇਸ਼ਾ ਸ਼ਿਕਾਇਤ ਰਹੀ ਆ ਵੀ ਰਾਈਟਰਾਂ ਨੂੰ ਉਹ ਮਿਹਨਤ ਨਹੀਂ ਮਿਲਦੀ ਸੀ ਜੋ ਰਾਈਟਰ ਡਿਜ਼ਰਵ ਕਰਦੇ ਨੇ। ਬਹੁਤ ਵੱਡੇ ਵੱਡੇ ਸਿੰਗਰ ਜਿਹੜੇ ਵੱਡੇ ਸਿੰਗਰ ਬਣ ਕੇ ਜਹਾਨੋਂ ਵੀ ਚਲੇ ਗਏ, ਉਹਨਾਂ 'ਤੇ ਵੀ ਇਲਜ਼ਾਮ ਲੱਗੇ ਨੇ ਵੀ ਉਹਨਾਂ ਨੇ ਰਾਈਟਰਾਂ ਨੂੰ ਬਣਦੇ ਹੱਕ ਨਹੀਂ ਦਿੱਤੇ, ਜਿਨ੍ਹਾਂ ਦੀ ਬਦੌਲਤ ਅੱਜ ਉਹ ਸਟਾਰ ਸੁਪਰ ਸਟਾਰ ਬਣੇ ਬੈਠੇ ਨੇ। ਅੱਜ ਉਹ ਸਿਚੁਏਸ਼ਨ ਸਰਵੇ ਬਾਈ ਕੁਛ ਬਦਲੀ ਹੈ, ਅੱਜ ਰਾਈਟਰਾਂ ਨੂੰ ਬਣਦੇ ਹੱਕ ਮਿਲਦੇ ਨੇ ਜਾਂ ਅਜੇ ਵੀ ਸੋਈ ਉੱਥੇ ਖੜੀ ਹੈ? ਬਣਦੇ ਵੀ ਹੈ, ਬਣਦੇ ਵੀ ਨਹੀਂ, ਦੋਵੇਂ ਕੰਮ ਹੀ ਹੈ ਬਾਈ, ਮਤਲਬ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਗਰਾਰੀ ਹੈ ਹਜੇ ਵੀ। ਹਾਂ ਜਿੱਦਾਂ ਜਾਂ ਮੈਂ ਇਹ ਵੀ ਸੁਣਿਆ ਕਹਿੰਦੇ ਕਈ ਰਾਈਟਰ ਜਿਹੜੇ ਕੱਬੇ ਜੇ ਹੁੰਦੇ ਨੇ ਉਹ ਪੈਸੇ ਕਢਾ ਵੀ ਲੈਂਦੇ ਨੇ, ਕਈ ਵਿਚਾਰੇ ਰੁਕ ਵੀ ਜਾਂਦੀ ਹੈ ਗੱਡੀ, ਇੱਦਾਂ ਬਾਈ ਦੁਨੀਆਦਾਰੀ ਹੈ, ਸਾਰਾ ਕੁਛ ਹੀ ਚੱਲਦਾ ਹੈ ਨਾ ਇੱਥੇ। ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵੀਰੇ ਜਿੱਥੇ ਪੈਸੇ ਨਾਲ ਵਰਤ ਹੀ ਨਹੀਂ ਜਾਂਦਾ, ਜਿੱਦਾਂ ਹਰਸਿਮਰਨ ਵੀਰਾ, ਪਰਮੇਸ਼ ਵੀਰਾ, ਉੱਥੇ ਨਾ ਉੱਥੇ ਮੇਰੇ ਲਈ ਪੈਸਾ ਕੋਈ ਡਿਜ਼ਰਵ ਵੀ ਨਹੀਂ ਕਰਦਾ। ਨਹੀਂ ਪਰ ਮਿਹਨਤ ਤਾਂ ਇੱਕ ਮਿਹਨਤ ਹੁੰਦੀ ਹੈ ਨਾ, ਮੈਨੂੰ ਜਵਾਬ ਨਹੀਂ ਨਾ ਵੀਰੇ ਦਿੰਦੇ, ਆਪਾਂ ਜਾਈਦਾ ਅੰਦਰ ਜਿੰਨੇ ਚਾਹੀਦੇ ਚੱਕ ਲਈਦੇ। ਕੀ ਬਾਤ ਹੈ, ਹੈ ਨਾ। ਉੱਥੇ ਫਿਰ ਉੱਥੇ ਜੇ ਮੈਂ ਹੁਣ ਉੱਥੇ ਬੋਲਾਂ ਵੀ ਯਾਰ ਇੱਦਾਂ, ਉਹ ਚੀਜ਼ ਮੇਰੇ ਲਈ ਵਧੀਆ ਨਹੀਂ ਨਾ, ਕਿਉਂਕਿ ਜਿੱਥੇ ਫਿਰ ਪਿਆਰ ਹੀ ਭਰਾਵਾਂ ਵਾਲਾ,
ਕਿਉਂਕਿ ਮੈਂ ਉਹਨਾਂ ਦੇ ਨਾਲ ਐਜ਼ ਏ ਕਲਾਕਾਰ ਨਹੀਂ ਜੁੜਿਆ, ਐਜ਼ ਏ ਇਨਸਾਨ ਜੁੜਿਆ, ਆਪਾਂ ਉਹਨਾਂ ਨੂੰ ਹਮੇਸ਼ਾ ਮੈਂ ਕਹਿੰਦਾ ਉਹ ਮੇਰੇ ਭਰਾ ਨੇ, ਮੈਨੂੰ ਝਿੜਕ ਵੀ ਦਿੰਦੇ ਆ ਜਦੋਂ ਮੈਂ ਕਿਤੇ ਹੈ ਨਾ ਗਲਤ ਹੋਵਾਂ ਕਿਤੇ, ਅਤੇ ਸਾਡਾ ਫੈਮਿਲੀ ਰਿਲੇਸ਼ਨ ਹੈ ਹੁਣ ਹੈ ਨਾ, ਅਤੇ ਫਿਰ ਉੱਥੇ ਪੈਸਾ ਨਹੀਂ, ਕਈ ਵਾਰੀ ਹੋਇਆ ਵੀ ਹੈ ਵੀਰ ਵਰਗਿਆਂ ਨਾਲ ਨਹੀਂ, ਹੋਰ ਇੱਕ ਦੋ ਥਾਂ 'ਤੇ ਹੋਇਆ ਵੀ ਹੈ ਜਿਨ੍ਹਾਂ ਨੇ ਮਤਲਬ ਕਿ ਸ਼ੁਰੂ 'ਚ ਜਿਨ੍ਹਾਂ ਨੇ ਬਹੁਤ ਕੁਛ ਕਰਿਆ, ਅਤੇ ਚੱਲ ਵਾਕਾ ਪਤਾ ਲਾਸਟ 'ਤੇ ਵੀਰੇ ਮੇਰਾ ਤਾਂ ਇਹ ਕਹਿਣਾ ਵੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ, ਬਸ ਜਿੱਦਾਂ ਚੱਲਦਾ ਵਧੀਆ ਕੋਈ ਚੱਕਰ ਨਹੀਂ। ਜਦੋਂ ਉੜਤਾ ਪੰਜਾਬ ਬਾਲੀਵੁੱਡ ਮੂਵੀ 'ਚ ਤੁਹਾਡਾ ਗਾਣਾ ਆਇਆ, ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਮੂਵੀ 'ਚ ਮੇਰਾ ਗਾਣਾ ਪੈ ਰਿਹਾ, ਉਹ ਵੀ ਸ਼ਾਹਿਦ ਕਪੂਰ 'ਤੇ? ਉਹ ਮੈਨੂੰ ਵੀਰੇ ਕਿਸੇ ਨੇ ਨਾ ਉਹ ਭੇਜਿਆ ਸੀ, ਪੋਸਟਰ ਭੇਜਿਆ ਜਿਹੜਾ ਉਹ ਕੰਪਨੀ ਵਾਲਿਆਂ ਨੇ ਸ਼ੇਅਰ ਕੀਤਾ ਜਿਹੜਾ ਉਹਦੇ ਫੋਟੋ ਲਾ ਕੇ ਉਹ ਸਿੰਗਰ ਦੀ, ਅਤੇ ਮੈਨੂੰ ਉਦੋਂ ਪਤਾ ਲੱਗਿਆ ਸੀ ਵੀ ਉਹ ਗਾਣੇ ਨੇ ਵੀ ਉਹਦੀ ਫਿਲਮ 'ਚ ਆਉਣਾ ਹੈ। ਕੀ ਬਾਤ ਹੈ, ਫਿਲਮ ਦੀ ਰਿਲੀਜ਼ ਤੋਂ ਕਿੰਨੀ ਦੇਰ ਪਹਿਲਾਂ ਤੁਹਾਨੂੰ ਪਤਾ ਲੱਗਿਆ ਸੀ? ਹੁਣ ਤਾਂ ਵੀਰੇ ਪੱਕਾ ਜਿਹਾ ਯਾਦ ਨਹੀਂ, ਕਿਉਂਕਿ ਮੈਂ ਪਹਿਲਾਂ ਦੀਆਂ ਗੱਲਾਂ ਥੋੜ੍ਹੀਆਂ ਘੱਟ ਹੀ ਯਾਦ ਰੱਖਦਾ, ਕਿਉਂਕਿ ਆਪਾਂ ਹਾਂ ਤੁਹਾਨੂੰ ਪਤਾ ਅੱਗੇ ਜਾਣਾ ਗਾਣਾ ਉਹ ਚੀਜ਼ਾਂ 'ਚੋਂ ਜਿਹੜੀਆਂ ਗਈਆਂ। ਤੁਹਾਡਾ ਪਹਿਲਾ ਵੱਡਾ ਹਿੱਟ ਗਾਣਾ ਸੀ ਭਾਅ ਜੀ ਇਹ, ਇਹੀ ਤੁਸੀਂ ਇਹਨੂੰ ਵੱਡਾ ਹਿੱਟ ਮੰਨਦੇ ਹੋ ਜਾਂ ਇਹਦੋਂ ਪਹਿਲਾਂ ਵੀ ਕੋਈ ਵੱਡਾ ਹਿੱਟ ਗਾਣਾ ਸੀ? ਨਹੀਂ ਬਾਈ, ਜਿਹੜੇ ਪਹਿਲਾਂ ਗਾਣੇ ਆਏ ਸੀ ਫੀਲਿੰਗ ਅਤੇ ਮਤਲਬ ਕਿ ਜਾਂ ਚਮਕੌਰ ਖੱਟੜੇ ਬਾਈ ਨੇ ਗਾਇਆ ਗਰੇ, ਕਿਉਂਕਿ ਫੀਲਿੰਗ ਬੜੇ ਐਮੀ ਬਾਈ ਵੀ ਵੱਡੇ ਸਟਾਰ ਅਜੇ ਨਹੀਂ ਬਣੇ ਸੀ, ਉਹ ਵੀ ਸ਼ੁਰੂ ਦੌਰ ਐਮੀ ਬਾਈ ਦਾ ਥੋੜ੍ਹਾ ਉਦੋਂ ਗਾਣਾ ਉਹ ਚੱਲਿਆ ਸੀਗਾ ਨੈੱਟ 'ਤੇ ਚੰਡੀਗੜ੍ਹ ਦੀਆਂ ਚੰਡੀਗੜ੍ਹ ਦੀਆਂ ਕੁੜੀਆਂ, ਹਾਂ, ਅਤੇ ਉਹੀ ਫਿਰ ਵੀਰੇ ਨੇ ਟੇਪ ਕਰਤੀ ਉਦੋਂ ਹੈ ਨਾ, ਉਹ ਗਾਣੇ ਨਾਲ ਚਲੋ ਜਿੱਦਾਂ ਵੀ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ, ਪਿੰਡ ਵਾਲਿਆਂ ਨੂੰ ਥੋੜ੍ਹਾ ਪਤਾ ਲੱਗ ਗਿਆ ਸੀਗਾ ਵੀ ਯਾਰ ਹਾਂ ਵੀ ਮੁੰਡਾ ਕੁਛ ਕਰਦਾ। ਬਾਕੀ ਜਦੋਂ ਮੈਂ ਬੱਸ 'ਤੇ ਕਨੈਕਟਰੀ ਕਰਦਾ ਸੀ ਤਾਂ ਬਾਈ ਮੇਰਾ ਸੁਭਾਅ, ਮੈਂ ਹਰੇਕ ਨੂੰ ਦੱਸਦਾ ਹੁੰਦਾ ਸੀ ਬਾਈ ਬਾਈ ਮੈਂ ਗਾਣੇ ਲਿਖਦਾ ਹੈ ਨਾ, ਬੱਸ 'ਤੇ ਜਿੰਨੇ ਮੇਰੇ ਯਾਰ ਦੋਸਤ ਜਿੰਨਾਂ ਨੇ ਜਾਣਾ ਹਰੇਕ ਨੂੰ ਮੈਂ ਸੁਣਾਉਂਦੇ ਜਾਣਾ ਵੀ ਯਾਰ ਐਂ ਆਹ ਲਿਖਿਆ ਰਿਹਾ, ਕਿਉਂਕਿ ਉਹ ਮੇਰੇ ਕੀੜਾ ਅੱਜ ਵੀ ਹੈ ਨਾ, ਮੈਂ ਸੁਣਾ ਦੂੰਗੀ ਨਾ, ਆਪਾਂ ਕਦੇ ਇਹ ਨਹੀਂ ਚੱਕਰ ਮੰਨਿਆ ਵੀ ਯਾਰ ਸੁਣਾਉਣੇ ਨਹੀਂ ਗਾਣੇ ਇਹ ਨਹੀਂ ਕਰਨਾ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਸਭ ਤੋਂ ਵੱਡਾ ਹਿੱਟ ਸੀ ਉਹ ਤਾਂ ਫਿਰ ਚਿੱਟੇ ਹੀ ਸੀ ਬਾਈ, ਜਿਹਨੇ ਵੀ ਉਹ ਮੰਨ ਲਓ ਵੀ ਰਾਤੇ ਰਾਤ ਜ਼ਿੰਦਗੀ ਹੈ ਨਾ ਵੀ ਜ਼ਿੰਦਗੀ ਬਦਲ, ਕੀ ਬਾਤ ਹੈ, ਜਿਹਨੇ ਮੋਟੀਵੇਟ ਕੀਤਾ ਕਿ ਹੁਣ ਇੱਧਰ ਨੂੰ ਭੱਜਣਾ ਆਪਾਂ ਨੇ। ਹਾਂ ਨਹੀਂ, ਉਦੋਂ ਬਾਅਦ ਵੀ ਕਨੈਕਟਰੀ ਕਰਦਾ ਰਿਹਾ, ਉਦੋਂ ਹੁਣ ਯਾਰਾਂ ਦੋਸਤ ਨੇ ਗਾਲਾਂ ਗੂਲਾਂ ਦੇ ਕੇ ਛੜਾ ਲਈ ਯਾਰ ਤੂੰ ਚੰਗਾ ਨਹੀਂ ਲੱਗਦਾ ਬਾਈ ਇੱਦਾਂ। ਸਹੀ ਆ, ਅਤੇ ਅੱਛਾ ਵੀਰੇ ਹੁਣ ਇੱਕ ਵੱਡਾ ਨਾਂ ਬਣ ਗਿਆ, ਸਰਬਿਤ ਦੀ ਜ਼ਿੰਦਗੀ 'ਚ ਬਦਲਾਅ ਕੀ ਆਇਆ ਹੈ? ਲੋਕ ਜਦੋਂ ਮਿਲਦੇ ਨੇ, ਜਦੋਂ ਲੋਕ ਕਹਿੰਦੇ ਨੇ ਬਾਈ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਬਾਈ ਤੁਹਾਡੇ ਗਾਣੇ ਸੁਣਦੇ ਹਾਂ, ਮੇਰੀ ਵੀ ਪਰਸਨਲੀ ਬੜੀ ਇੱਛਾ ਸੀ ਮੈਂ ਬਾਈ ਨੂੰ ਮਿਲਾਂ, ਮੈਂ ਬਹੁਤ ਗਾਉਂਦਾ ਹੁੰਦਾ ਸੀਗੀ ਕਿ ਆਪਣੇ ਬੜੀ ਮਾੜੀ ਅਗਰਾਰੀ ਕੁਰੇ ਮਾਨ ਦੀ ਨਹੀਂ ਤੂੰ ਚੰਗੀ ਤਰ੍ਹਾਂ ਯੋਗੇਸ਼ ਨੂੰ ਜਾਣਦੀ, ਮੈਂ ਆਪਣਾ ਨਾਂ ਫਸਾ ਲੈਂਦਾ ਸੀ ਵੀਰੇ, ਸੋਰੀ ਕੋਈ ਚੱਕਰ ਨਹੀਂ। ਅਤੇ ਫਿਰ ਮਤਲਬ ਹੁਣ ਕਿੱਦਾਂ ਮਨ 'ਚ ਕੀ ਖਿਆਲ ਆਉਂਦੇ ਆ ਜਦੋਂ ਇੰਨਾ ਰਿਸਪੋਂਸ ਸ਼ਾਨਦਾਰ ਆਉਂਦਾ? ਨਹੀਂ ਬਈ, ਪਹਿਲਾਂ ਵਾਲੀ ਖਿਆਲ ਆ ਮੇਰੇ ਮਨ 'ਚ ਤਾਂ, ਮੈਨੂੰ ਤਾਂ ਕੁਛ ਇੱਦਾਂ ਲੱਗਦੀ ਨਹੀਂ ਵੀ ਆਪਣੇ 'ਚ ਕੋਈ ਚੀਜ਼ ਹੈਗੀ ਆ, ਕਿਉਂਕਿ ਇਹ ਸਾਰਾ ਕੁਛ ਵੀਰੇ ਜੋ ਵੀ ਕੁਛ ਮਿਲਿਆ ਹੈ ਨਾ, ਮੇਰਾ ਪਿੰਡ ਪੂਰਾ ਭਗਤਪੁਰਾ ਮੋੜ ਬਰਨਾਲੇ ਕੋਲੇ ਹੈ ਨਾ, ਉਹਦੇ ਸਾਥ ਨਾਲ ਮੇਰਾ ਪਰਿਵਾਰ, ਮੇਰੇ ਯਾਰ ਦੋਸਤ ਜਿਨ੍ਹਾਂ ਨੇ ਚੰਗੇ ਮਾੜੇ ਟਾਈਮ ਮੇਰਾ ਸਾਥ ਦਿੱਤਾ ਹੈ ਨਾ, ਅਤੇ ਪਰ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਨਾ, ਸਾਰਾ ਕੁਛ ਉਹਨਾਂ ਦੀ ਹੈ ਵੀਰੇ, ਮੈਂ ਤਾਂ ਪਹਿਲਾਂ ਵੀ ਉਹੀ ਸੀ, ਮੇਰੇ ਲਈ ਤਾਂ ਆਪਾਂ ਤਾਂ ਅੱਜ ਵੀ ਉਹੀ ਹਾਂ। ਬਹੁਤ ਸਾਰੇ ਰਾਈਟਰ ਵੀਰੇ ਸਿੰਗਰ ਬਣ ਗਏ, ਜਾਂ ਕਈਆਂ ਨੂੰ ਮੈਂ ਪੁੱਛਿਆ ਵੀ ਉਹ ਕਹਿੰਦੇ ਬਾਈ ਮਜਬੂਰੀ ਹੋ ਜਾਂਦੀ ਹੈ, ਕਈ ਕਹਿੰਦੇ ਸਾਨੂੰ ਸ਼ੌਕ ਸੀ ਬਾਈ ਮੂਹਰੇ ਆਈਏ, ਸਰਵੇ ਦਾ ਕੀ ਖਿਆਲ ਹੈ? ਆਵਾਂਗੇ ਬਾਈ ਬੜੀ, ਕੀ ਬਾਤ, ਮਤਲਬ ਪਹਿਲਾਂ ਤੋਂ ਹੀ ਹੁਣ ਮੈਂ ਦੱਸਦਾ ਵੀ ਇੱਕ ਗਾਣਾ ਤਾਂ ਪੱਕਾ ਟ੍ਰੈਂਡਿੰਗ 'ਚ ਪਿਆ, ਜਿਹੜਾ ਗਾਣਾ ਬਾਈ ਨੇ ਮੂੰਹ 'ਚੋਂ ਗਾ ਕੇ ਕੱਢਿਆ ਉਹ ਟ੍ਰੈਂਡਿੰਗ ਆਉਣ 'ਚ ਕੋਈ ਨਹੀਂ ਰੋਕ ਸਕਦਾ। ਚਲੋ ਕਿੰਨਾ ਕੁ ਇੰਤਜ਼ਾਰ ਕਰਾਉਂਗੇ ਵੀਰੇ, ਆਈਡੀਆ ਜੇ ਤਾਂ ਦੇ ਦਿਓ। ਦੇਖੋ ਜੇ ਵੀਰੇ ਵਰਗਿਆਂ ਨਾਲ ਬਸ ਚੱਲੀ ਜਾਂਦੀ ਹੈ, ਮਤਲਬ ਪਲੈਨਿੰਗ ਚੱਲ ਰਹੀ ਆ, ਕਦੇ ਵੀ ਧਮਾਕਾ ਹੋ ਸਕਦਾ। ਹਾਂ, ਜਦੋਂ ਵੀਰੇ ਵਰਗਿਆਂ ਨੇ ਕਹਿਤਾ ਵੀ ਚੱਲ ਹੁਣ ਯਾਰਾਂ ਦੋਸਤਾਂ ਨੇ ਕਹਿਤਾ, ਫਿਰ ਉਦੋਂ ਆ ਜਾ। ਅੱਛਾ ਸਰ ਵੀ ਬਾਈ ਦੇਖਣ ਨੂੰ ਵੀ ਘੈਂਟ ਆ, ਬਾਈ ਤਾਂ ਬਾਲ ਬੁਲ ਵੀ ਘੈਂਟ ਬਣਾਏ ਹੋਏ ਨੇ, ਫਿਲਮਾਂ ਫੁਲਮਾਂ 'ਚ ਐਕਟਿੰਗ ਉਕਟਿੰਗ ਵਾਲਾ ਵਿਚਾਰ ਹੈ ਕੋਈ? ਨਹੀਂ, ਅਜੇ ਤਾਂ ਵੀਰੇ ਕੋਈ ਨਹੀਂ, ਅਜੇ ਤਾਂ ਵਿਚਾਰ ਨਹੀਂ, ਆਫਰਾਂ ਤਾਈਆਂ ਹੋਣੀਆਂ, ਮੈਨੂੰ ਲੱਗਦਾ ਸਰਬਾ ਹਾਂ ਨਹੀਂ ਕਰ ਰਿਹਾ। ਨਹੀਂ ਨਹੀਂ, ਆਪਾਂ ਝੂਠ ਬੋਲਣ ਦਾ ਫਾਇਦਾ ਨਹੀਂ ਹੈ ਨਾ, ਮੈਂ ਐਵੇਂ ਕਹਿੰਦਾ ਅੱਜ ਕੋਈ ਆਫਰ ਨਹੀਂ ਬਈ ਆਪਾਂ ਨੂੰ ਇੱਦਾਂ ਦੀ ਆਈ ਹੈ ਨਾ। ਅਤੇ ਜੇ ਮੰਨ ਲਓ ਤੁਹਾਨੂੰ ਕੋਈ ਆਫਰ ਕਰਦਾ ਹੈ ਤਾਂ ਕੀ ਸਰਬਾ ਐਕਟਿੰਗ ਵਾਲੇ ਪਾਸੇ ਪੈਰ ਰੱਖੂਗਾ? ਹਾਂ, ਵੇਖ ਲਾਂਗੇ ਬਈ, ਉਹ ਤਾਂ ਆਫਰ 'ਤੇ ਡਿਪੈਂਡ ਕਰਦਾ ਨਾ ਕਿੱਦਾਂ ਦੀ ਆਫਰ ਹੋਊਗੀ, ਵੇਖ ਲਾਂਗੇ। ਚਲੋ ਜੇ ਬਾਬੇ ਨੇ ਚਾਹਿਆ ਤਾਂ ਉੱਧਰ ਨੂੰ ਵੀ ਜ਼ਰੂਰ ਜਾਵਾਂਗੇ ਜੀ। ਅੱਛਾ ਵੀਰੇ, ਬਹੁਤ ਸਾਰੇ ਰਾਈਟਰ ਇਹ ਕਹਿ ਦਿੰਦੇ ਨੇ ਕਿ ਮੈਂ ਔਨ ਦਾ ਸਪੋਟ ਗਾਣਾ ਬਣਾ ਦਿੰਦਾ ਜਾਂ ਮੈਨੂੰ ਕੋਈ ਖਿਆਲ ਦੇ ਦੇਵੇ ਮੈਂ ਇੱਦਾਂ ਇੱਦਾਂ ਕਰ ਲੈਣਾ, ਕੀ ਚੀਜ਼ ਸਰਬੇ ਨੂੰ ਇੰਸਪਾਇਰ ਕਰਦੀ ਹੈ ਲਿਖਣ ਦੇ ਲਈ? ਕਿਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਸਰਬਾ ਆਈਡੀਆ ਲੈ ਲੈਂਦਾ? ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸਰਬਾ ਇੱਕ ਗਾਣਾ ਲਿਖ ਦਿੰਦਾ?
ਨਹੀਂ ਬਾਈ ਔਨ ਦਾ ਸਪੋਰਟ ਤਾਂ ਲਿਖਿਆ ਜਾਂਦਾ ਨਾ, ਚਲੋ ਪਰਮਾਤਮਾ ਦੀ ਦਾਤਾ ਦੀ ਕਿਰਪਾ ਵੀ ਔਨ ਦਾ ਸਪੋਰਟ ਲਿਖ ਦਿੰਦਾ ਨਾ, ਮੈਂ ਵੀ ਲਿਖ ਲੈਂਦਾ ਗਾ, ਅਤੇ ਮੇਰੇ ਲਈ ਇੱਦਾਂ ਕੁਝ ਨਹੀਂ ਬਾਈ, ਪਤਾ ਨਹੀਂ ਉਦੋਂ ਦਾਤੇ ਦੀ ਕਿਰਪਾ ਪਤਾ ਨਹੀਂ ਕਿੱਥੋਂ ਕਿਵੇਂ ਕੀ ਆਏ। ਵੱਡੇ ਰਾਈਟਰ ਜਦੋਂ ਰਾਈਟਰ ਵੀ ਅੱਜ ਕੱਲ੍ਹ ਜਿਹੜੇ ਵੱਡੇ ਵੱਡੇ ਰਾਈਟਰ ਜਿਹੜੇ ਇੰਡਸਟਰੀ ਦੇ ਨੇ ਉਹਨਾਂ 'ਚੋਂ ਤੁਸੀਂ ਇੱਕ ਹੋ, ਜਦੋਂ ਤੁਹਾਡੇ ਕੋਲ ਕੋਈ ਨਵਾਂ ਸਿੰਗਰ ਅਪਰੋਚ ਕਰਦਾ ਅਤੇ ਕਹਿ ਦਿੰਦੇ ਨੇ ਵੀ, ਮੈਂ ਸੁਣਿਆ ਕਹਿੰਦੇ ਵੱਡੇ ਰਾਈਟਰਾਂ ਦੇ ਵੀ ਅੱਜ ਕੱਲ੍ਹ ਰੇਟ ਬਹੁਤ ਮਹਿੰਗੇ ਹੋ ਗਏ, ਵੀ ਨਵਾਂ ਸਿੰਗਰ ਅਗਰ ਕੋਈ ਸਰਵੇ ਨੂੰ ਅਪਰੋਚ ਕਰਨਾ ਚਾਹੁੰਦਾ ਤਾਂ ਸਰਵੇ ਦੀ ਅਪਰੋਚ ਕਿੰਨੀ ਕੁ ਸੌਖੀ ਹੈ? ਨਹੀਂ ਬਈ ਆਪਣੀ ਤਾਂ ਅਪਰੋਚ ਸੌਖੀ ਹੀ ਹੈ, ਜੇ ਆਪਣੀ ਅਪਰੋਚ ਔਖੀ ਹੁੰਦੀ ਹੁਣ ਫਿਰ ਫਾਰਚੂਨਰ ਦੇ ਆਉਂਦੇ ਅਤੇ ਫਾਰਚੂਨਰ ਅਪਰੋਚ ਔਖੀ ਕਰ ਦਿੰਦੇ ਨੇ। ਨਹੀਂ ਉਹ ਤਾਂ ਵੈਸੇ ਚਲੋ ਮਜ਼ਾਕ ਕਰਦੇ ਹਾਂ, ਨਹੀਂ ਬਾਈ ਅਪਰੋਚ ਆਪਣੀ ਸੌਖੀ ਹੈ ਨਾ, ਕੋਈ ਆਪਾਂ ਇੱਦਾਂ ਨਹੀਂ ਹੁੰਦਾ, ਕਿਉਂਕਿ ਆਪਾਂ ਤਾਂ ਕਹਿੰਦੇ ਵੀ ਜੇ ਮੇਰੇ ਕਰਕੇ ਕਿਸੇ ਦਾ ਭਲਾ ਹੁੰਦਾ ਤਾਂ ਇਹ ਤੋਂ ਵੱਡੀ ਕੀ ਗੱਲ ਹੈ ਨਾ, ਹਰ ਇੱਕ ਥਾਂ 'ਤੇ ਪੈਸਾ ਵੀ ਨਹੀਂ ਵੇਖਿਆ ਜਾਂਦਾ ਬਾਈ, ਹੈ ਨਾ, ਅਤੇ ਚਲੋ ਜ਼ਿੰਦਗੀ ਲਈ ਪੈਸਾ ਜ਼ਰੂਰੀ ਵੀ ਹੈ ਅਤੇ ਜ਼ਰੂਰੀ ਵੀ ਨਹੀਂ, ਦੋਵੇਂ ਚੀਜ਼ਾਂ ਹੀ। ਜੇ ਮੇਰੇ ਕਰਕੇ ਕਿਸੇ ਦਾ ਨਾਮ ਬਣਦਾ ਕਿਉਂਕਿ ਰੋਜ਼ੀ ਰੋਟੀ ਪੈਂਦਾ ਆਪਣੇ ਲਈ, ਕੋਈ ਉਹ ਨਹੀਂ, ਆਪਾਂ ਤਾਂ ਭਰਾਵਾਂ ਵਾਲੀ ਗੱਲ, ਹਰ ਇੱਕ ਨਾਲ ਹੀ ਉਵੇਂ ਐਡਜਸਟਮੈਂਟ ਕਰ ਲਈ ਦੀ, ਕੋਈ ਚੱਕਰ ਨਹੀਂ। ਇੱਕ ਗੱਲ ਹੋਰ ਵੀ, ਅੱਜ ਕੱਲ੍ਹ ਇੰਡਸਟਰੀ 'ਚ ਬੜੀ ਚੱਲ ਰਹੀ ਹੈ ਕਿ ਰਾਈਟਰਾਂ ਨੂੰ ਵੀ ਬੌਂਡ ਕਰ ਲਿਆ ਜਾਂਦਾ, ਕਿ ਤੁਸੀਂ ਸਾਡੇ ਲਈ ਉਹ ਲਿਖੋਗੇ, ਇੱਕ ਕੰਪਨੀ ਬੌਂਡ ਕਰ ਲੈਂਦੀ ਹੈ, ਇਸ ਚੀਜ਼ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਇਹ ਰਾਈਟਰਾਂ 'ਤੇ ਥੋੜ੍ਹੀ ਜਿਹੀ ਬੰਦਿਸ਼ ਨਹੀਂ ਹੋ ਜਾਂਦੀ ਕਿ ਤੂੰ ਸਾਡੇ ਜੋਗੇ ਹੀ ਰਹਿ ਜਾਂ ਸਾਡੇ ਜੋਗੇ? ਕੁਛ ਰਾਈਟਰਾਂ ਨੇ ਮੈਨੂੰ ਦੱਸਿਆ, ਕਹਿੰਦੇ ਯਾਰ ਅਸੀਂ ਮਤਲਬ ਬੌਂਡ ਹੋ ਕੇ ਅਸੀਂ ਖਰਾਬ ਵੀ ਹੋਏ ਹਾਂ। ਸਰਬਾ ਕਿੱਦਾਂ ਸੋਚਦੇ ਨੇ ਇਸ ਬਾਰੇ ਕਿ ਇਹ ਜ਼ਰੂਰੀ ਆ ਜਾਂ ਕਿਵੇਂ? ਨਹੀਂ ਵੀਰੇ, ਪੰਜੇ ਉਂਗਲਾਂ ਕਿਸਾਰ ਨਹੀਂ ਹੁੰਦੀਆਂ ਨਾ, ਕਿਤੇ ਮਜਬੂਰੀ ਬਈ ਹੋ ਜਾਂਦੀ ਹੈ ਨਾ, ਕਈ ਆਪਣੇ ਕੋਲ ਉੱਦਾਂ ਦੇ ਸਾਧਨ ਹੀ ਨਹੀਂ ਹੁੰਦੇ ਨਾ, ਆਪਾਂ ਨੂੰ ਮਜਬੂਰ ਉਹ ਚੀਜ਼ ਕਰਨੀ ਪੈਂਦੀ ਹੈ, ਬੌਂਡ ਹੋਣਾ ਪੈਂਦਾ। ਉਹੀ ਗੱਲ ਆ, ਪੰਜੇ ਉਂਗਲਾਂ ਕਿਸਾਰ ਨਹੀਂ ਹੁੰਦੀਆਂ, ਬੌਂਡ ਕਰਕੇ ਵੀ ਐਂ ਤਾਂ ਥੋੜ੍ਹੀ ਵੀ ਸਾਰੇ ਖਰਾਬ ਹੀ ਕਰਦੇ ਹੈ ਨਾ। ਉਹ ਤਾਂ ਅੱਗੇ ਵੀਰੇ ਆਪਾਂ ਨੂੰ ਇਹ ਚੀਜ਼ ਬਾਰੇ ਕੁਛ ਮੈਂ ਕਹਿ ਹੀ ਨਹੀਂ ਸਕਦਾ, ਕਿਉਂਕਿ ਆਪਾਂ ਨੂੰ ਕੀ ਪਤਾ ਨਾ ਉਹਨਾਂ ਦੀ ਕਿੱਦਾਂ ਦੀ ਕੋਈ ਗੱਲਬਾਤ ਆ, ਕੀ ਗੱਲ ਆਪਾਂ ਉਸ ਚੀਜ਼ ਬਾਰੇ ਬੋਲੀਏ, ਵੀ ਆਪਾਂ ਤਾਂ ਬਾਬੇ ਦੀ ਕਿਰਪਾ ਨਾਲ ਖੁੱਲ੍ਹੇ ਹੀ ਹਾਂ ਬਈ। ਜੀ ਕੰਡਕਟਰੀ ਵੀਰੇ ਬੜੀ ਕਹਿ ਲਓ ਕਿ ਬੜੀ ਅਜੀਬ ਅਤੇ ਕਹਿ ਲਓ ਕਿ ਬੜੀ ਮਤਲਬ ਐਕਟਿਵ ਬੰਦਿਆਂ ਵਾਲੀ ਜੋਬ ਆ, ਲੋਕਾਂ ਨਾਲ ਲੜਦੇ ਰਹੋ, ਭਿੜਦੇ ਰਹੋ, ਇਹ ਕਰਦੇ ਰਹੋ, ਉਹ ਕਰਦੇ ਰਹੋ। ਤੁਸੀਂ ਸਟਾਰ ਬਣਨ ਤੋਂ ਬਾਅਦ ਜਦੋਂ ਨਾਂ ਬਣ ਗਿਆ ਉਦੋਂ ਵੀ ਕੰਡਕਟਰੀ ਕਰਦੇ ਰਹੇ, ਉਦੋਂ ਮਨ 'ਚ ਕੀ ਹੁੰਦਾ ਸੀ? ਉਦੋਂ ਕਿਤੇ ਕਿਤੇ ਇਹ ਨਹੀਂ ਹੁੰਦਾ ਸੀ ਕਿ ਰੱਬਾ ਇਹ ਝੋਲਾ ਹੱਥ 'ਚੋਂ ਕਦੋਂ ਜਾਊਗਾ? ਨਹੀਂ ਬਾਈ, ਇੱਦਾਂ ਨਹੀਂ ਹੁੰਦਾ ਜੀ। ਮੈਂ ਤਾਂ ਹੁਣ ਵੀ ਕਦੇ ਕਦੇ ਸੋਚਦਾ, ਮੈਂ ਥੋੜ੍ਹੇ ਦਿਨ ਹੋ ਗਏ ਉਦੇ ਵੀ ਲਾ ਕੇ ਆਇਆ 5-4 ਦਿਨ, ਯਾਰ ਦੁਬਾਰੇ ਕਰਕੇ ਵੇਖੀਏ ਨਾ। ਤੁਹਾਡੀਆਂ ਬੱਸਾਂ ਨੇ ਕਹਿੰਦੇ ਨੀ ਬਾਈ ਇਹ ਸਾਡਾ ਅਸੀਂ ਬ੍ਰਾਂਡ ਅੰਬੈਸਡਰ, ਸਾਡਾ ਸਟਾਰ, ਅਸੀਂ ਕੰਡਕਟਰ ਰੱਖਿਆ ਹੋਇਆ। ਉਹ ਬਾਈ ਹੈ ਨਾ, ਮੈਂ ਕਾਫੀ ਬੱਸਾਂ 'ਤੇ ਕਨੈਕਟਰੀ ਕਰੀ, ਜਿਵੇਂ ਸੱਚਖੰਡ ਮਿੰਨੀ 'ਤੇ ਕਰੀ ਹੈ ਨਾ ਜੀ, ਫਿਰ ਗੋਬਿੰਦ ਬੱਸ 'ਤੇ ਵੀ ਮੈਂ ਕਨੈਕਟਰੀ ਕਰੀ, ਫਿਰ ਨਿਊ ਦਸ਼ਮੇਸ਼ ਬੱਸ 'ਤੇ ਮੈਂ ਜ਼ਿਆਦਾ ਕਨੈਕਟਰੀ ਕਰੀ ਹੈ ਨਾ, ਅਤੇ ਨਹੀਂ ਬਾਈ ਬਹੁਤ ਪਿਆਰ ਕਰਦਾ ਬਾਬੇ ਦੀ ਕਿਰਪਾ ਨਾਲ ਸਾਰੀ ਹੈ ਨਾ ਮੈਨੂੰ, ਅਤੇ ਕਈ ਵਾਰੀ ਜਦੋਂ ਮੈਂ ਕਹਿੰਦਾ ਮੈਂ ਬੱਸ 'ਤੇ ਆਉਣਾ, ਯਾਰ ਵੀ ਮੈਨੂੰ ਨਾਲ ਰੱਖ ਲਓ ਨਾ, ਤਾਂ ਕਈ ਕਨੈਕਟਰ ਕਹਿੰਦਾ ਤੂੰ ਮੇਰੇ ਨਾਲ ਆਉਣਾ, ਤੂੰ ਮੇਰੇ ਨਾਲ ਆਉਣਾ, ਤੂੰ ਮਾਨਾ ਮੇਰੇ ਨਾਲ ਆਏਗਾ, ਮੇਰੇ ਨਾਲ ਆਏਗਾ, ਫਿਰ ਉੱਥੇ 605 ਹੋ ਜਾਂਦੇ ਵੀ ਯਾਰ ਹੁਣ ਕਿਹਦੇ ਨਾਲ ਜਾਈਏ। ਕਦੇ ਕਦੇ ਦਿਲ ਕਰਦਾ ਵੀ ਹਾਂ ਯਾਰ ਦੁਬਾਰੇ 5-4 ਦਿਨ 10 ਦਿਨ ਲਾ ਰੇਟ ਵਧਾ ਦੋਗੇ, ਜਿਹੜਾ ਵੱਧ ਰੇਟ ਦਊਗਾ ਪਰ ਡੇ 1,00,000 ਰੁਪਇਆ ਸਰਬਾ ਉਹਦੇ ਨਾਲ ਆਜੂ, ਕਿਉਂ ਉਹਦੀ ਬੱਸ ਦੀ ਬੁਕਿੰਗ ਵੱਧ ਜਾਣੀ ਆ। ਅਤੇ ਮੈਂ ਤਾਂ ਕਹੂੰਗਾ ਵੀਰੇ ਹੁਣ ਤੁਸੀਂ ਇੱਕ ਬੱਸ ਬਾਈ ਨੂੰ ਗਿਫਟ ਕਰੋ, ਤੁਹਾਡਾ ਨਾਂ ਚਮਕਾ ਤਾ ਬਾਈ ਨੇ, ਦੇਖ ਲਓ ਹੈ ਇਕੱਲੇ ਇਕੱਲੇ ਬੰਦੇ ਤੱਕ ਬੱਸਾਂ ਦਾ ਨਾਂ ਪਹੁੰਚ ਗਿਆ, ਅਤੇ ਮੈਂ ਵੀ ਹੁਣ ਨਿਊ ਦਸ਼ਮੇਸ਼ 'ਚ ਪਹੁੰਚੂਗਾ ਅਤੇ ਬੜੇ ਸ਼ੌਕ ਨਾਲ ਬੈਠੂ ਬਾਈ ਸਰਬਾ ਬਾਈ ਇਹਦੇ ਨਾਲ ਜੁੜਿਆ ਹੁੰਦਾ ਸੀ। ਖੈਰ ਚਲੋ, ਅੱਛਾ ਸਰਬੀ ਵੀਰੇ ਤੁਹਾਡੀ ਇੱਕ ਪਿੱਛੇ ਜਿਹੀ ਵੀਡੀਓ ਅਸੀਂ ਬਹੁਤ ਦੇਖੀ, ਜੋ ਮੋਟੀਵੇਸ਼ਨਲ ਵੀਡੀਓ ਇੰਟਰਨੈਟ 'ਤੇ ਕਾਫੀ ਜ਼ਿਆਦਾ ਆਈ, ਬੜੀਆਂ ਅੱਛੀਆਂ ਗੱਲਾਂ ਤੁਸੀਂ ਉਹ 'ਚ ਸਾਂਝੀਆਂ ਕੀਤੀਆਂ, ਮਤਲਬ ਮੈਂ ਵੀ ਕਹਿ ਲਓ ਕਿ ਅੱਖਾਂ ਬਸ ਇੱਕ ਨਮ ਨਹੀਂ ਹੋਈਆਂ, ਇੰਨਾ ਜ਼ਿਆਦਾ ਸਟਰਗਲ ਦੇਖਿਆ, ਇੰਨਾ ਜ਼ਿਆਦਾ ਬੁਰਾ ਦੌਰ ਦੇਖਿਆ ਅਤੇ ਫਿਰ ਇੱਥੇ ਤੱਕ ਪਹੁੰਚੇ, ਇੱਥੇ ਤੱਕ ਪਹੁੰਚਣ ਤੋਂ ਬਾਅਦ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕੀ ਖਿਆਲ ਕਰਦੇ? ਨਹੀਂ ਵੀਰੇ ਕੋਈ ਖਿਆਲ ਨਹੀਂ ਕਰਦੇ ਆਪਾਂ ਤਾਂ, ਵੀ ਮੇਰਾ ਵੀਰੇ ਮੈਂ ਤਾਂ ਲਾਸਟ ਦਾ ਇੱਕ ਗੱਲ ਕਹਿਣਾ ਵੀ ਪਰਮਾਤਮਾ ਨੇ ਜੋ ਕੀਤਾ ਚੰਗਾ ਕੀਤਾ, ਜੋ ਅੱਗੇ ਕਰੂਗਾ ਬਸ ਚੰਗਾ ਹੀ ਕਰੂ, ਮਾਲਕ ਲੱਗੇ ਰਹੋ ਬਸ, ਕਿਸੇ ਦਾ ਬੁਰਾ ਨਾ ਕਰੋ ਭਰਾ, ਹੈ ਨਾ, ਅਤੇ ਮਾਲਕ ਜੋ ਦਿੰਦਾ ਵਧੀਆ ਹੀ ਕਰਦਾ, ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ, ਤਾਂ ਦੁੱਖ ਸੁੱਖ ਦਾ ਜ਼ਿੰਦਗੀ ਦਾ ਹਿੱਸਾ ਹੀ ਹੈ ਨਾ, ਜੇ ਦੁੱਖ ਸੁੱਖ ਨਾ ਹੋਣ ਫਿਰ ਜ਼ਿੰਦਗੀ ਕੁਛ ਨਹੀਂ, ਹੈ ਨਾ, ਜੇ ਸਾਰੇ ਸੁਖੀ ਹੋਣ ਫਿਰ ਤਾਂ ਸੰਸਾਰ ਤਾਂ ਖਤਮ ਹੀ ਹੈ, ਮਤਲਬ ਜੀ ਚੱਲਦਾ ਰਹਿੰਦਾ, ਬਸ ਲੱਗੇ ਰਹੋ, ਬਾਬਾ ਇੱਕ ਨਾ ਇੱਕ ਦਿਨ ਬਾਂਹ ਜ਼ਰੂਰ ਫੜਦਾ। ਜੀ ਬਿਲਕੁਲ। ਸੋ ਸਰਬਾ ਬਾਈ ਅੱਜ ਇਸੇ ਕਰਕੇ ਅਸੀਂ ਇਹ ਬਾਈ ਨੂੰ ਬੁਲਾਇਆ ਸੀ ਜੀ, ਕਿ ਉਹ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਜਿਹੜੀਆਂ ਕਿ ਤੁਸੀਂ ਬਾਈ ਤੋਂ ਜਾਣਨਾ ਚਾਹੁੰਦੇ ਹੋ, ਅਤੇ ਬਾਕੀ
ਅਸੀਂ ਜੋ ਗੱਲਾਂ ਕਰਨੀਆਂ ਸੀ ਬਾਈ ਨਾਲ ਕਰ ਲਈਆਂ ਜੀ। ਮੈਨੂੰ ਲੱਗਦਾ ਤੁਹਾਨੂੰ ਬਹੁਤ ਸਾਰੇ ਜਵਾਬ ਬਾਈ ਕੋਲੋਂ ਮਿਲ ਗਏ ਹੋਣੇ ਨੇ, ਖਾਸ ਕਰਕੇ ਰਾਈਟਰਾਂ ਨੂੰ, ਬਾਈ ਦੇ ਫੈਨਸ ਨੂੰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ। ਅਤੇ ਅੱਛਾ ਇੱਕ ਗੱਲ ਹੋਰ ਵੀ ਰਹੀ, ਜਾਂਦੇ ਜਾਂਦੇ ਸਵਾਲ ਪੁੱਛੂੰਗਾ, ਫਿਲਮਾਂ ਦਾ ਦੌਰ ਅੱਜ ਕੱਲ੍ਹ ਚੱਲ ਰਿਹਾ, ਤੁਸੀਂ ਦੱਸਤਾ ਵੀ ਜੇ ਮੌਕਾ ਮਿਲਦਾ ਮੈਂ ਐਕਟਿੰਗ 'ਚ ਆਊਂਗਾ, ਫਿਲਮਾਂ 'ਚ ਵੀ ਗਾਣੇ ਸਿਚੁਏਸ਼ਨਲ ਗਾਣੇ ਲਿਖਣ ਦਾ ਮੌਕਾ ਮਿਲਦਾ ਦੇ ਦਿੱਤਾ ਜਾਂਦਾ, ਰੌਕੀ ਮੰਡਲ 'ਚ ਤੁਹਾਡਾ ਗਾਣਾ ਸੁਣਿਆ ਸੀ, ਉਸ ਤੋਂ ਬਾਅਦ ਹੁਣ ਤੁਸੀਂ ਨੈਕਸਟ ਕਿਸੇ ਪ੍ਰੋਜੈਕਟ 'ਚ ਕਿਸੇ ਫਿਲਮ 'ਚ ਤੁਹਾਡਾ ਗਾਣਾ ਆ ਰਿਹਾ ਹੋਵੇ ਜਾਂ ਤੁਸੀਂ ਦੱਸਣਾ ਚਾਹੋ? ਨਹੀਂ ਬਈ, ਇਹ ਚੱਲੀ ਜਾਂਦਾ ਹੈ ਨਾ, ਗੱਲਬਾਤ ਚੱਲੀ ਜਾਂਦੀ ਹੈ, ਬਾਬਾ ਸੁੱਖ ਰੱਖੇ, ਪਰਮਾਤਮਾ ਨੇ ਕਰੀ ਮਿਹਰ, ਤਾਂ ਜ਼ਰੂਰ ਬਈ ਬੜੀ ਜਲਦੀ ਨਾਲ ਫਿਲਮਾਂ 'ਚ ਵੀ ਗਾਣੇ ਸੁਣਾਵਾਂਗੇ ਹੈ ਨਾ। ਅੱਛਾ ਇੱਕ ਗੱਲ ਹੋਰ ਵੀਰੇ, ਜਾਂਦੇ ਜਾਂਦੇ ਆਪਣੀ ਆਜ਼ਾਦੀ ਨਾਲ ਕਲਮ ਚਲਾਉਣ 'ਚ ਸਵਾਦ ਆਉਂਦਾ ਜਾਂ ਜਦੋਂ ਕੋਈ ਕਹਿ ਦਿੰਦਾ ਵੀਰੇ ਮੈਨੂੰ ਤਾਂ ਇਹੋ ਜਿਹਾ ਗਾਣਾ ਹੀ ਚਾਹੀਦਾ, ਇਹੋ ਜਿਹੇ ਕ੍ਰਾਈਟੇਰੀਆ 'ਚ ਹੀ ਲਿਖ ਕੇ ਦਿਉ, ਜਾਂ ਉੱਥੇ ਵੱਧ ਸਵਾਦ ਆਉਂਦਾ? ਦੋਵਾਂ 'ਚ ਸਵਾਦ ਆਉਂਦਾ ਵੀਰੇ, ਹੁਣ ਜਿਹੜੇ ਕੰਮ 'ਚ ਪੈ ਗਏ ਫਿਰ ਸਵਾਦ ਤਾਂ ਲੈਣੀ ਪਊ ਹੈ ਨਾ। ਟੈਨਸ਼ਨ ਨਹੀਂ ਹੁੰਦੀ ਵੀ ਜਦ ਕਈ ਵਾਰ ਸਿੰਗਰ ਕਹਿੰਦਾ ਵੀ 48 ਘੰਟੇ 'ਚ, 2 ਘੰਟੇ 'ਚ, ਬਾਈ ਜਾਂ 4 ਦਿਨ 'ਚ ਆਹ ਟੋਪਿਕ 'ਤੇ ਸਰਵੇ ਗਾਣਾ ਹੋਣਾ ਕਿਤੇ? ਨਹੀਂ ਬਈ, ਟੈਨਸ਼ਨ ਤਾਂ ਫਿਰ ਖੁੱਲ੍ਹਿਆਂ 'ਚ ਵੀ ਤਾਂ ਟੈਨਸ਼ਨ ਹੁੰਦੀ ਹੈ ਵੀਰੇ, ਖੁੱਲ੍ਹਾ ਕਿਹੜਾ ਫਿਰ ਉਹ ਫੜ ਕੇ ਆਪਾਂ ਫੜਾ ਦੇਣਾ ਵੀ ਹਾਲ ਹੈ ਤੇਰੇ ਲਈ ਗਾਣਾ ਹੈ ਨਾ, ਉਹ ਵੀ ਤਾਂ ਲਿਖਣਾ ਹੀ ਪੈਂਦਾ, ਸੋਚ ਕੇ ਇਹ ਵੀ ਸੋਚ ਕੇ ਲਿਖਣਾ, ਆਪਾਂ ਨੂੰ ਤਾਂ ਇੱਦਾਂ ਦੀ ਕਦੇ ਕੋਈ ਪ੍ਰੋਬਲਮ ਹੋਈ ਨਹੀਂ ਬਾਬੇ ਦੀ ਯਾਰ। ਅੱਛਾ ਇੱਕ ਗੱਲ ਹੋਰ, ਇਹ ਵੈਸੇ ਪੁਰਾਣਾ ਦੌਰ ਹੋ ਗਿਆ, ਕਹਿੰਦੇ ਜਦੋਂ ਪਹਿਲਾਂ ਕਿਸੇ ਰਾਈਟਰ ਕੋਲ ਜਾਂਦੇ ਸੀ ਉਹ ਕਾਪੀ ਰੱਖ ਦਿੰਦਾ ਸੀ, ਬਾਈ ਹਾਲੇ ਪੜ੍ਹ ਲੈ ਤੋਂ ਜਿਹੜਾ ਵਧੀਆ ਲੱਗਿਆ ਲੈ ਜੀ, ਅਤੇ ਤੁਸੀਂ ਕੀ ਕਰਦੇ ਹੋ, ਤੁਸੀਂ ਲਿਖ ਕੇ ਹੀ ਰੱਖੇ ਹੋਏ ਨੇ ਜਾਂ ਸਿੰਗਰ ਤੋਂ ਪਹਿਲਾਂ ਪੁੱਛ ਲੈਂਦੇ ਹੋ ਬਾਈ ਜੀ ਤੁਹਾਡੀ ਡਿਮਾਂਡ ਦੱਸੋ ਕੀ ਆ, ਫਿਰ ਸਰਬੋ ਉਵੇਂ ਲਿਖੂਗਾ? ਨਹੀਂ ਬਾਈ, ਲਿਖ ਕੇ ਵੀ ਰੱਖੇ ਹੋਏ ਆ ਨਾ ਵੀ, ਉਹ ਵੀ ਸੁਣਾ ਦਿੰਦੇ ਕਈ ਵਾਰੀ, ਉਹ ਵੀ ਪਸੰਦ ਆ ਜਾਂਦੇ ਆ ਭਰਾਵਾਂ ਨੂੰ, ਅਤੇ ਕਈ ਵਾਰੀ ਕੋਈ ਇੱਦਾਂ ਦੱਸ ਵੀ ਦਿੰਦਾ ਵੀਰੇ ਇੱਦਾਂ ਦੀ ਚੀਜ਼ ਹੋਵੇ ਕੋਈ, ਤਾਂ ਜੇ ਨਾ ਹੋਵੇ ਤਾਂ ਫਿਰ ਲਿਖ ਵੀ ਦੇਈਦਾ ਡਿਮਾਂਡ 'ਤੇ ਵੀਰੇ। ਅਤੇ ਹੁਣ ਆਖਰੀ ਤੋਂ ਆਖਰੀ ਸਵਾਲ ਜਿਹੜਾ ਕਿ ਕਿਸੇ ਫੈਨ ਨੇ ਹੀ ਮੈਨੂੰ ਪੁੱਛਿਆ ਸੀ ਤੁਹਾਡੇ ਨੇ, ਟੌਰ ਨਾਲ ਛੜਾ ਤੁਸੀਂ ਛੜਿਆਂ ਦੀਆਂ ਬਹੁਤ ਗੱਲਾਂ ਗਿਣਾਤੀਆਂ, ਪਰ ਉਹ ਕਹਿੰਦੇ ਅਜੇ ਬਹੁਤ ਗੱਲਾਂ ਰਹਿ ਗਈਆਂ ਕਿ ਟੌਰ ਨਾਲ ਛੜਾ 2 ਆ ਸਕਦਾ ਜਾਂ ਕੋਈ ਇਹੋ ਜਿਹੀਆਂ ਜਿਹੜੀਆਂ ਛੜਿਆਂ ਦੀਆਂ, ਕਿਉਂਕਿ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਜਿਹੜੀਆਂ ਕਿ ਸਦੀਕ ਸਾਹਿਬ ਕਰਦੇ ਹੁੰਦੇ ਸੀ, ਮਾਣਕ ਸਾਹਿਬ ਕਰਦੇ ਹੁੰਦੇ ਸੀ, ਕੋਈ ਟੌਰ ਨਾਲ ਛੜਾ 2 ਵੀ ਕਰ ਦਿਉ? ਮੈਂ ਤਾਂ ਕਹਿੰਦਾ ਬਾਬਾ ਸੁੱਖ ਰੱਖੇ ਵੀਰੇ ਨਾਲ ਬੜੀ ਜਲਦੀ ਆਊ ਵੀਰੇ ਉਹ ਵੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮਤਲਬ ਆਈਡੀਆ ਫੈਨਸ ਦਾ ਸਹੀ ਹੈ, ਗੱਲ ਬਣਨ ਵਾਲੀ ਉੱਧਰ ਨੂੰ। ਸਰ ਬਈ ਵੀਰੇ ਫਾਈਨਲੀ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ? ਨਹੀਂ ਵੀਰੇ, ਮੈਂ ਤਾਂ ਬਸ ਇਹੀ ਕਹਿਣਾ ਚਾਹੂੰਗਾ ਵੀ ਐਡਾ ਤਾਂ ਹੈ ਨਹੀਂ ਕੋਈ ਮੇਰਾ ਫੈਨ ਬਣੇ ਸਾਰੇ ਆਪਾਂ, ਹੈ ਨਾ, ਸਾਰਾ ਮੇਰਾ ਪਰਿਵਾਰ ਹੈ ਮੇਰੇ ਤਾਂ ਸਾਰਾ, ਅਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੁਣ ਤੱਕ, ਪਰਮਾਤਮਾ ਬਸ ਖੁਸ਼ ਰੱਖੇ ਸਾਰਿਆਂ ਨੂੰ, ਮਿਹਨਤ ਕਰਦੇ ਰਹੋ ਅਤੇ ਬਸ ਜਿੱਦਾਂ ਦਾ ਕਬੂਲ ਕਰਦੇ ਰਹੋ, ਜਿੱਦਾਂ ਕੋਈ ਗਲਤੀ ਲੱਗੀ ਤਾਂ ਆ ਜਾਓ ਫਿਰ ਸਰਬਾ ਬੈਠਾ ਉਹਦੇ। ਕਿਆ ਬਾਤ ਹੈ ਜੀ, ਤੁਹਾਡੀਆਂ ਸਜਾਵਾਂ। ਕਿਆ ਬਾਤ ਹੈ ਜੀ, ਸੋ ਆਪਣੇ ਵਿਚਾਰ ਤੁਸੀਂ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ, ਸਰਬੇ ਬਾਈ ਬਾਰੇ, ਸਾਡੇ ਬਾਰੇ ਜੋ ਵੀ ਤੁਹਾਡੀ ਸੋਚ ਹੈ ਜ਼ਰੂਰ ਸਾਂਝੀ ਕਰਿਓ ਜੀ। ਅਤੇ ਇੱਕ ਗੱਲ ਦਾ ਵਾਅਦਾ ਹੈ, ਜਿੱਦਾਂ ਕਿ ਬਾਈ ਦੇ ਪਿਛਲੇ 3-4 ਸਾਲਾਂ 'ਚ ਜ਼ਬਰਦਸਤ ਗਾਣੇ ਆਏ ਨੇ, ਅਤੇ ਹੁਣ ਕਹਿ ਲਓ ਕਿ ਇਸ ਸਾਲ ਵੀ ਵੱਡੇ ਵੱਡੇ ਧਮਾਕੇ ਹੋਣੇ ਨੇ, ਅਤੇ ਮੈਨੂੰ ਤਾਂ ਇੰਤਜ਼ਾਰ ਹੈ ਜੀ ਟੌਰ ਨਾਲ ਛੜੇ 2 ਦਾ, ਜੋ ਕਿ ਆ ਸਕਦਾ ਬੜੀ ਜਲਦੀ। ਅੱਛਾ ਸਰ ਵੀ ਵੀਰੇ, ਇੱਕ ਗਾਣਾ ਅਸੀਂ ਅਕਸਰ ਤੁਹਾਡਾ ਸੁਣਦੇ ਹਾਂ, ਤੁਸੀਂ ਸਟੇਜਾਂ 'ਤੇ ਵੀ ਗੁਣਗੁਣਾਉਂਦੇ ਹੋ, ਬੜਾ ਇਮੋਸ਼ਨਲ ਜਿਹਾ ਟਰੈਕ ਆ ਉਹ ਮੈਂ ਜਾਣਨਾ ਚਾਹੂੰਗਾ। ਮੈਂ ਸੁਣਿਆ ਤੁਹਾਡੀ ਜ਼ਿੰਦਗੀ ਦੇ ਬਹੁਤ ਨੇੜੇ ਆ ਉਹ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ, ਅਤੇ ਸਾਨੂੰ ਇੰਤਜ਼ਾਰ ਵੀ ਹੈ ਵੀ ਇਸ ਨੂੰ ਪ੍ਰੋਪਰ ਘੈਂਟ ਤਰੀਕੇ ਨਾਲ ਬਣਾ ਕੇ ਤੁਸੀਂ ਸਾਹਮਣੇ ਲਿਆਓ, ਤਾਂ ਸਾਨੂੰ ਬੜਾ ਇੰਤਜ਼ਾਰ। ਹਾਂਜੀ ਹਾਂ, ਜ਼ਰੂਰ ਵੀਰੇ, ਉਹ ਗਾਣਾ ਮੇਰੀ ਜ਼ਿੰਦਗੀ ਹੈ, ਕਿਉਂਕਿ ਮੇਰੇ ਘਰ ਦੀ ਸੱਚਾਈ ਹੈ ਨਾ ਉਹ ਗਾਣਾ ਜੀ, ਬਹੁਤ ਘਰਾਂ ਦੀ ਸੱਚਾਈ ਹੈ ਉਹ ਗਾਣਾ ਜੀ, ਅਤੇ ਬੜੀ ਜਲਦੀ ਬਾਬਾ ਸੁੱਖ ਰੱਖੇ ਬੜੀ ਜਲਦੀ ਉਹ ਗਾਣਾ ਆ ਰਿਹਾ ਹੈਗਾ। 2 ਲਾਈਨਾਂ ਸਾਨੂੰ ਜ਼ਰੂਰ ਸੁਣਾਇਆ। ਓ ਨਾ ਚਾਚਾ ਮੰਨਿਆ ਨਾ ਮੰਨਿਆ ਦਾਦਾ, ਇਹ ਦੁਸ਼ਮਣੀ ਘਰ ਖਾ ਗਈ ਸਾਡਾ, ਨਾ ਚਾਚਾ ਮੰਨਿਆ ਨਾ ਮੰਨਿਆ ਦਾਦਾ, ਇਹ ਦੁਸ਼ਮਣੀ ਘਰ ਖਾ ਗਈ ਸਾਡਾ, ਤੂੰ ਵੀ ਉਦੋਂ ਕੁਝ ਬੋਲੀ ਨਾ ਹੁਣ ਤੈਨੂੰ ਕੌਣ ਆਬਾਦ ਕਰੇ, ਤੂੰ ਦੱਸ ਰੌਲੇ ਦੀਏ ਪੈਲੀਏ ਨੀ ਤੈਂ ਕਿੰਨੇ ਕਰ ਬਰਬਾਦ ਕਰੇ, ਹਾਂ ਦੱਸ ਰੌਲੇ ਦੀਏ ਪੈਲੀਏ ਨੀ ਤੈਂ ਕਿੰਨੇ ਕਰ ਬਰਬਾਦ ਕਰੇ।
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਆਪਾਂ ਸਾਰੇ ਹੀ ਕਹਿ ਲਓ ਕਿ ਪੰਜਾਬ ਦੀ ਧਰਤੀ ਹੈ ਜਿਹੜੀ ਕਿਸਾਨਾਂ ਦੇ ਨਾਲ ਭਰੀ ਹੋਈ ਆ, ਅਤੇ ਹਰ ਇੱਕ ਦੇ ਨਾਲ ਇਹ ਗਾਣਾ ਜੁੜਿਆ ਹੋਇਆ, ਅਤੇ ਸਾਨੂੰ ਉਮੀਦ ਹੈ ਕਿ ਬੜੀ ਜਲਦੀ ਇਹ ਗਾਣਾ ਆਊਗਾ, ਅਤੇ ਕਿਆ ਬਾਤ ਹੈ, ਇੰਤਜ਼ਾਰ ਹੈ ਜੀ ਕਿ ਬਾਈ ਇਹ ਗਾਣਾ ਬੜੀ ਜਲਦੀ ਲੈ ਕੇ ਆਉਣਗੇ। ਸੋ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ ਜੀ, ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਇੱਦਾਂ ਦੀਆਂ ਘੈਂਟ ਘੈਂਟ ਇੰਟਰਵਿਊਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਇਹ ਵੀਡੀਓ ਆਪਣੇ ਯਾਰਾਂ ਦੋਸਤਾਂ ਦੇ ਨਾਲ। ਬਾਏ, ਸਤਿ ਸ਼੍ਰੀ ਅਕਾਲ ਜੀ।